ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨੈ ਛਲੈ ਨਹ ਕਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹੈ ਇਸ ਲੋਭੀ ਕਾ ਜੀਓ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾ ਪੋਥੀ ਪੁਰਾਣ ਕਮਾਈਐ ਪਉ ਵੱਟੀ ਇਤ ਤਨ ਪਾਈਐ ਸੱਚ ਬੂਝਣਾ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾ ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹਾਂ ਲੁਡਾਈਐ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹਾਂ ਲੁਡਾਈਐ ਪਰਮ ਸਨਮਾਨ ਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਵਾਈ ਮਾਨ ਸਤ ਸੰਗੀ ਜਨੋ ਸਿੱਖੀ ਲਹਿਰ ਦੇ ਜਥੇ ਵੱਲੋਂ ਰੱਖੇ ਗਏ ਗੁਰਮੁਖ ਸਮਾਗਮਾਂ ਦੀ ਲੜੀ ਤਹਿਤ ਆਪ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਦੂਸਰਾ ਸਮਾਗਮ ਹੈ ਜਿਸ ਵਿੱਚ ਆਪ ਜੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਅਤੇ ਗੁਰਮਤ ਦੀਆਂ ਵਿਚਾਰਾਂ ਮੇਰੇ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਹੁਣਾਂ ਪਾਸੋਂ ਸਰਵਣ ਕੀਤੀਆਂ ਨੇ। ਆਓ ਸਾਧ ਸੰਗਤ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ। ਜਿਸ ਸ਼ਬਦ ਦਾ ਆਪਾਂ ਹੁਣੇ ਹੀ ਪਾਠ ਸਰਵਣ ਕੀਤਾ ਇਹ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ 26 ਨੰਬਰ ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਵਮਾਨ ਹੈ। ਸ੍ਰੀ ਰਾਗ ਦੇ ਜਦੋਂ ਸ਼ਬਦ ਚੱਲਦੇ ਨੇ 33 ਨੰਬਰ ਸ਼ਬਦ ਹੈ, ਇਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਬਦ ਆਰੰਭ ਹੁੰਦੇ ਹਨ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਪੈਦਾ ਹੋਏਗਾ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਸ਼ਬਦ ਆਉਣੇ ਚਾਹੀਦੇ ਨੇ, ਡਾਇਰੈਕਟ ਹੀ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਕਿਉਂ ਆ ਗਏ? ਕਿਉਂਕਿ ਤੁਹਾਡੇ ਵਿੱਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਗੁਰੂ ਕੇ ਪਿਆਰੇ ਨੇ, ਆਪ ਜੀ ਨੂੰ ਪਤਾ ਹੋਏਗਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸ਼ਬਦ ਨਹੀਂ ਹਨ, ਕੇਵਲ ਸਲੋਕ ਹਨ ਜਿਹੜੇ ਵਾਰਾਂ ਵਿੱਚ ਆਏ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਉਪਦੇਸ਼ ਜੋ ਅਸੀਂ ਸਲੋਕਾਂ ਵਿੱਚ ਪੜ੍ਹਦੇ ਹਾਂ, ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਵੈਸੇ ਸ਼ਬਦ ਵਿੱਚ ਰਹਾਉ ਦਾ ਬੰਦ ਇੱਕ ਵਾਰ ਆਉਂਦਾ ਹੈ, ਰਹਾਉ ਦਾ ਅਰਥ ਹੈ ਠਹਿਰ ਰੁਕ,
ਭਾਵ ਇਸ ਬੰਦ ਨੂੰ ਦੋ ਵਾਰ ਪੜ੍ਹ, ਤਿੰਨ ਵਾਰ ਪੜ੍ਹ, ਚਾਰ ਵਾਰ ਪੜ੍ਹ। ਸਤਿਗੁਰੂ ਜੀ ਇਸ ਰਹਾਓ ਦੇ ਬੰਦ ਵਿੱਚ ਕੁਝ ਸਮਝਾਉਣਾ ਚਾਹੁੰਦੇ ਨੇ। ਬਾਕੀ ਜਿਹੜੀਆਂ ਪੰਕਤੀਆਂ ਨੇ ਉਸ ਰਹਾਓ ਦੇ ਬੰਦ ਦੀ ਹੋਰ ਵਿਆਖਿਆ ਕਰਦੀਆਂ ਨੇ ਸਮਝਾਉਣ ਵਾਸਤੇ। ਪਰ ਕਈਆਂ ਸ਼ਬਦਾਂ ਵਿੱਚ ਰਹਾਓ ਦਾ ਬੰਦ ਇੱਕ ਤੋਂ ਵੱਧ ਕੇ ਵੀ ਦੋ ਵਾਰ ਵੀ ਆਇਆ, ਤਿੰਨ ਵਾਰ ਵੀ ਆਇਆ। ਜਿਵੇਂ ਇਸ ਸ਼ਬਦ ਵਿੱਚ ਰਹਾਓ ਦੇ ਬੰਦ ਦੋ ਨੇ। ਇੱਕ ਰਹਾਓ ਦੇ ਬੰਦ ਵਿੱਚ ਗੁਰਦੇਵ ਨੇ ਸਵਾਲ ਪੈਦਾ ਕੀਤਾ, ਦੂਜੇ ਰਹਾਓ ਦੇ ਬੰਦ ਵਿੱਚ ਉਸੇ ਸਵਾਲ ਦਾ ਸਤਿਗੁਰ ਨੇ ਜਵਾਬ ਦਿੱਤਾ। ਗੁਰਦੇਵ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ, ਚਾਹੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਸਰਵਣ ਕਰ ਰਹੇ ਹੋ, ਚਾਹੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਮਾਧਿਅਮ ਦੇ ਰਾਹੀਂ ਸਫ਼ਰ ਕਰਦਿਆਂ ਇਹ ਸਾਰੇ ਸਮਾਗਮ ਨੂੰ ਸਰਵਣ ਕਰ ਰਹੇ ਹੋ, ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਇੱਕੇ ਵਾਰ ਕਹਿਣ 'ਤੇ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਵਾਰ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਨੂੰ ਬਾਣੀ ਗਾਉਣ ਦੀ, ਬਾਣੀ ਪੜ੍ਹਨ ਦੀ ਆਦਤ ਪੈ ਸਕੇ, ਅਸੀਂ ਨਾਲ ਨਾਲ ਵਿਚਾਰ ਵੀ ਆਪਣੀ ਸੁਰਤ ਵਿੱਚ ਟਿਕਾ ਸਕੀਏ। ਪਹਿਲੇ ਰਹਾਓ ਦੇ ਬੰਦ ਦੇ ਬੋਲ ਨੇ, ਬਿਨ ਤੇਲ ਦੀਵਾ ਕਿਉਂ ਜਲੈ। ਸਾਰਿਆਂ ਨੂੰ ਪਤਾ ਹੈ ਦੀਵੇ ਵਿੱਚ ਤਿੰਨ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ, ਇੱਕ ਤੇ ਤੇਲ, ਦੂਜਾ ਹੈ ਰੂੰ ਦੀ ਬਣਾਈ ਹੋਈ ਵੱਟੀ, ਤੇ ਤੀਜੀ ਗੱਲ ਉਸ ਰੂੰ ਦੀ ਵੱਟੀ ਨੂੰ ਅੱਗ ਲਾਉਣੀ ਹੈ। ਤਿੰਨ ਚੀਜ਼ਾਂ ਦੇ ਮੌਜੂਦ ਚਾਹੀਦੀਆਂ ਨੇ, ਪਹਿਲਾ ਦੀਵਾ, ਦੂਜਾ ਤੇਲ, ਤੀਜੀ ਰੂੰ ਦੀ ਵੱਟੀ, ਤੇ ਚੌਥੀ ਹੈ ਉਸਨੂੰ ਅੱਗ ਲਾਉਣੀ। ਕਈ ਵਾਰੀ ਸੋਚੀਦਾ ਹੈ ਵੀ ਇੰਨੀਆਂ ਸੌਖੀਆਂ ਉਦਾਹਰਨਾਂ ਸਤਿਗੁਰ ਨੇ ਬਾਣੀ ਵਿੱਚ ਦਿੱਤੀਆਂ ਨੇ, ਜਿਹੜਾ ਅਨਪੜ੍ਹ ਬੰਦਾ ਕਦੀ ਸਕੂਲ ਵੀ ਨਹੀਂ ਗਿਆ ਉਹਨੂੰ ਵੀ ਇਹ ਗੱਲ ਸਮਝ ਆ ਸਕਦੀ ਹੈ। ਕਿੱਡੇ ਕਮਾਲ ਦੇ ਟੀਚਰ ਹੋਣਗੇ ਗੁਰੂ ਸਾਹਿਬ, ਜਿਹੜੇ ਆਮ ਜਨ ਸਧਾਰਨ ਵੀ ਆਪਣੀ ਗੱਲ ਸਮਝਾ ਤੀ ਮਹਾਰਾਜ ਨੇ, ਕਿੱਡੇ ਕਮਾਲ ਦੇ ਉਸਤਾਦ ਹੋਣਗੇ। ਤੇ ਲੰਬਾ ਟਾਈਮ ਸਾਨੂੰ ਇਹ ਸੁਣਨ ਨੂੰ ਮਿਲਿਆ ਵੀ ਬਾਣੀ ਤਾਂ ਸਮਝ ਤੋਂ ਪਰੇ, ਇਹ ਤੇ ਅਕਥ ਕਹਾਣੀ ਹੈ, ਕੀਤੀ ਨਹੀਂ ਜਾ ਸਕਦੀ। ਤੇ ਸਤਿਗੁਰ ਨੇ ਆਖਿਆ ਵੀ ਅਕਥ ਦੀ ਕਹਾਣੀ ਹੈਗੀ ਹੈ ਪਰ ਆਪਾਂ ਕਰਨੀ ਹੈ, ਹੈਗਾ ਉਹ ਅਕਥ ਹੈ ਪਰ ਗੁਰੂ ਸਾਹਿਬ ਨੇ ਇੰਨੇ ਸੌਖੇ ਤਰੀਕੇ ਨਾਲ ਪੇਸ਼ ਕੀਤੀ ਵੀ ਟੀਚਰ ਹੀ ਸਫਲ ਉਹ ਹੁੰਦਾ ਜਿਹਦੇ ਕੋਲੋਂ ਸਟੂਡੈਂਟ ਪੜ੍ਹਨ ਵਾਲਾ ਕਹੇ ਜੀ ਮੈਨੂੰ ਇੱਕ ਇੱਕ ਗੱਲ ਸਮਝ ਆ ਰਹੀ ਹੈ, ਤੇ ਗੁਰੂ ਦੇ ਸਾਹਮਣੇ ਬਹਿ ਕੇ ਆਪਾਂ ਇਹ ਕਹੀ ਜਾਂਦੇ ਜੀ ਇਹ ਤੇ ਸਮਝ ਤੋਂ ਪਰੇ ਹੈ, ਸਾਡੀ ਤੇ ਸੁਰਤ ਦਾ ਹਿੱਸਾ ਹੀ ਨਹੀਂ ਹੈਗਾ। ਲੱਗਦਾ ਨਹੀਂ ਅਸੀਂ ਆਪਣੇ ਗੁਰੂ ਦਾ ਅਪਮਾਨ ਕਰ ਰਹੇ ਹਾਂ ਵੀ ਮਹਾਰਾਜ ਤੁਸੀਂ ਬੜਾ ਜ਼ੋਰ ਲਾ ਕੇ ਪੜ੍ਹਾਇਆ ਪਰ ਸਾਨੂੰ ਤੇ ਸਮਝ ਹੀ ਨਹੀਂ। ਯੋਗੀਆਂ ਨੂੰ ਸਮਝ ਆ ਗਈ, ਬ੍ਰਾਹਮਣਾਂ ਨੂੰ ਸਮਝ ਆ ਗਈ, ਮੌਲਵੀਆਂ ਨੂੰ ਸਮਝ ਆ ਗਈ, ਤੇ ਜਿਹੜੇ ਸਿੱਖ ਘਰਾਣਿਆਂ ਨਾਲ ਸੰਬੰਧ ਰੱਖਣ ਵਾਲੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਉਹ ਕਹਿੰਦੇ ਸਾਨੂੰ ਸਮਝ ਹੀ ਨਹੀਂ ਆ ਰਹੀ ਜੀ, ਤੇ ਬਹੁਤ ਅੱਗੇ ਦੀਆਂ ਗੱਲਾਂ ਨੇ, ਹੈਗੀਆਂ ਅੱਗੇ ਦੀਆਂ ਗੱਲਾਂ ਨੇ ਪਰ ਪੇਸ਼ ਇਹਨੇ ਸੋਹਣੇ ਤਰੀਕੇ ਨਾਲ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਕੀਤੀਆਂ ਜਿਹੜੀਆਂ ਆਮ ਜਨ ਸਧਾਰਨ ਬੰਦੇ ਨੂੰ ਸਮਝ ਆ ਜਾਏ। ਕਿ ਮਹਾਰਾਜ ਨੂੰ ਨਹੀਂ ਸੀ ਪਤਾ ਵੀ ਸਾਰੇ ਬੰਦੇ ਪੜ੍ਹੇ ਲਿਖੇ ਨਹੀਂ ਹੋਣਗੇ, ਦੁਨੀਆਂ ਦਾ ਅੱਜ ਵੀ ਬਹੁਤ ਵੱਡਾ ਹਿੱਸਾ ਹੈ ਜਿਹੜੇ ਐਜੂਕੇਸ਼ਨ ਜਿਹਨਾਂ ਕੋਲ ਨਹੀਂ ਹੈ, ਜਿਹਨਾਂ ਕੋਲ ਪੜ੍ਹਾਈ ਲਿਖਾਈ ਨਹੀਂ ਹੈ, ਫਿਰ ਉਹ ਤੇ ਰਹਿ ਹੀ ਗਿਆ ਵਿਚਾਰੇ ਇਸ ਗਿਆਨ ਤੋਂ ਕੋਰੇ। ਗੁਰਦੇਵ ਨੇ ਉਦਾਹਰਨਾਂ ਹੀ ਇੰਨੀਆਂ ਸੌਖੀਆਂ ਦਿੱਤੀਆਂ ਵੀ ਉਹਨਾਂ ਨੂੰ ਵੀ ਇਹ ਗੱਲ ਸਮਝ ਵਿੱਚ ਆ ਸਕੇ। ਆਓ ਪਿਆਰਿਓ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੀਏ, ਬਿਨ ਤੇਲ ਦੀਵਾ ਕਿਉਂ ਚੱਲੇ। ਉਹ ਤੇਲ ਵੀ ਵੱਖਰਾ ਹੈ, ਦੁਨਿਆਵੀ ਤੌਰ 'ਤੇ ਰੋਸ਼ਨੀ ਕਰਨ ਲਈ ਦੀਵੇ ਦਾ ਵੀ ਪਤਾ ਹੈ, ਤੇਲ ਦਾ ਵੀ ਪਤਾ ਹੈ, ਰੂੰ ਦੀ ਵੱਟੀ ਦਾ ਵੀ ਪਤਾ ਹੈ ਸਾਨੂੰ, ਪਰ ਜਿਹੜਾ ਜ਼ਿੰਦਗੀ ਵਿੱਚ ਦੀਵਾ ਚਾਹੀਦਾ ਉਹ ਦੀਵਾ ਵੀ ਵੱਖਰਾ ਹੈ, ਤੇਲ ਵੀ ਵੱਖਰਾ ਹੈ, ਰੂੰ ਵੀ ਵੱਖਰਾ ਹੈ, ਅਤੇ ਅੱਗ ਲਾਉਣ ਦਾ ਤਰੀਕਾ ਵੀ ਵੱਖਰਾ। ਬਸ ਇਹੋ ਨੁਕਤੇ ਨੇ, ਜਦੋਂ ਸਮਝ ਵਿੱਚ ਆ ਜਾਣ ਫਿਰ ਤਾਂ ਜਿਹੜੇ ਜੋਤਸ਼ੀ ਪਾਂਧਿਆਂ ਕੋਲ ਜਾ ਕੇ ਅਸੀਂ ਬਹਿੰਦੇ ਹਾਂ ਨਾ, ਉਹ ਤੁਹਾਡੀ ਚੌਖੜ 'ਤੇ ਬੈਠੇ ਹੋਣਗੇ ਵੀ ਆਹ ਕੀਮਤੀ ਵਿਚਾਰਾਂ ਤੁਸੀਂ ਕਿੱਥੋਂ ਲਈਆਂ, ਸਾਨੂੰ ਵੀ ਉਸ ਗੁਰੂ ਦੀ ਦੱਸ ਪਾਓ। ਇਹ ਨੁਕਤੇ ਨੇ ਜਿਹੜੇ ਬੜੇ ਕਮਾਲ ਦੇ ਬਾਣੀ ਵਿੱਚ ਲਿਖੇ, ਬੜੇ ਪਿਆਰ ਨਾਲ ਪੜ੍ਹੋ ਜੀ। ਬਿਨ ਤੇਲ ਦੀਵਾ ਕਿਉਂ ਜਲੈ, 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 ਪੋਥੀ ਪੁਰਾਣ ਕਮਾਈ ਐ, ਪੋਥੀ ਪੁਰਾਣ ਕਮਾਈ ਐ, ਵਾਹ ਵਾਹ ਵਾਹ, ਪਉ ਵੱਟੀ ਇਤ ਤਨ ਪਾਈ ਐ, ਪਉ ਵੱਟੀ ਇਤ ਤਨ ਪਾਈ ਐ,
ਸੱਚ ਬੂਝਣ ਆਣ ਜਲਾਈ ਐ, ਸੱਚ ਬੂਝਣ ਆਣ ਜਲਾਈ ਐ, ਇਹ ਤੇਲ ਦੀਵਾ ਇਉਂ ਜਲੈ, ਇਹ ਤੇਲ ਦੀਵਾ ਇਉਂ ਜਲੈ, ਵਾਹ ਵਾਹ, ਇਹ ਤੇਲ ਦੀਵਾ ਇਉਂ ਜਲੈ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੇ, ਕਰ ਚਾਨਣ ਸਾਹਿਬ ਤੋ ਮਿਲੇ, ਬਿਨ ਤੇਲ ਦੀਵਾ ਕਿਉਂ ਜਲੈ, ਬਿਨ ਤੇਲ ਦੀਵਾ ਕਿਉਂ ਜਲੈ, ਹੁਣ ਸਾਧ ਸੰਗਤ ਜੇ ਇਹਨਾਂ ਸ਼ਬਦਾਂ ਦਾ ਇਕੱਲਾ ਪਾਠ ਗੁਰਦੁਆਰਿਆਂ 'ਚ ਹੁੰਦਾ ਰਹੇ, ਸਿਆਣੀਆਂ ਭੈਣਾਂ ਬੇਟੀਆਂ ਇਕੱਲਾ ਕੀਰਤਨ ਹੁੰਦਾ ਰਹੇ, ਬੁਝਾਰਤ ਰਹਿ ਗਈ ਨਾ ਉੱਥੇ ਦੀ ਉੱਥੇ, ਆਪਾਂ ਘਰ ਚਲੇ ਗਏ ਵੀ ਬਿਨਾਂ ਤੇਲ ਤੋਂ ਦੀਵਾ ਨਹੀਂ ਜਗਦਾ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਸਤਿਗੁਰ ਜੀ ਕਿਹੜੇ ਦੀਵੇ ਦੀ ਗੱਲ ਕਰਦੇ, ਗੱਲ ਤੇ ਆ ਹੈ, ਜੇ ਘੰਟਾ ਬਹਿ ਕੇ ਇੱਥੇ ਕੀਰਤਨੀਆਂ ਕੀਰਤਨ ਕਰੀ ਜਾਵੇ ਬਿਨ ਤੇਲ, ਆਪਾਂ ਸੁਣ ਕੇ ਘਰ ਜਾ ਕੇ ਮਾਂ ਪੁੱਤ ਨੂੰ ਕਹੇ ਪੁੱਤ ਬਿਨਾਂ ਤੇਲ ਤੋਂ ਦੀਵਾ ਨਹੀਂ ਜਗਦਾ, ਕਹੇਗਾ ਮਾਂ ਇਹਦੇ ਵਾਸਤੇ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਤੇ ਮੈਨੂੰ ਵੀ ਪਤਾ ਇਹਦੇ ਵਾਸਤੇ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਤੇ ਮੈਨੂੰ ਵੀ ਪਤਾ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ ਨਾ ਵੀ ਤੇਲ ਕਿਹੜਾ ਤੇ ਦੀਵਾ ਕਿਹੜਾ, ਕਿਹੜਾ ਉਹ ਰੂਹ ਹੈ, ਕਿਹੜੀ ਉਹ ਅੱਗ ਲਾਉਣੀ ਹੈ। 60-70 ਸਾਲ ਵੀ ਜੇ ਧਾਰਮਿਕ ਸਥਾਨ ਤੇ ਆਉਂਦੇ ਹੋ ਗਏ, ਜੇ ਬੁਝਾਰਤਾਂ ਨਾ ਬੁਝੀਆਂ ਤੇ ਮਾਫ ਕਰਨਾ, ਸਤਿਗੁਰ ਦੀ ਬਾਣੀ ਤਾਂ ਹੀ ਤੇ ਕਹਿੰਦੀ ਸਤਿਗੁਰ ਨੂੰ ਸਭ ਕੁਝ ਵੇਖਦਾ, ਜੇਤਾ ਜਗਤ ਸੰਸਾਰ, ਅੱਗੇ ਪੜੋ ਕੀ ਹੈ ਜੀ ਭਲਾ, ਡਿੱਠਾ ਕਿਉਂ ਸਾਧ ਸੰਗਤ, ਬੰਦਾ ਬਿਮਾਰ ਹੋਵੇ ਡਾਕਟਰ ਦੇ ਦਰਸ਼ਨ ਕੀਤੇ ਠੀਕ ਹੋ ਜਾਂਦਾ ਜੀ, ਜਵਾਬ ਦਿਓ ਪਿਆਰਿਓ, ਕਵੇ ਡਾਕਟਰ ਸਾਹਿਬ ਤੁਹਾਡੇ ਦਰਸ਼ਨ ਕਰਕੇ ਮਲੇਰੀਆ ਠੀਕ ਹੋ ਗਿਆ, ਮੇਰਾ ਟਾਈਫਾਇਡ ਸੀ ਮੈਨੂੰ, ਦਰਸ਼ਨ ਕੀਤਿਆਂ ਇਹਨੇ ਹਾਲ ਹੋ ਗਿਆ, ਮੈਂ ਤੇ ਜੇ ਦਰਸ਼ਨ ਕੀਤਿਆਂ ਗੱਲ ਬਣਦੀ ਹੋਵੇ, ਡਾਕਟਰਾਂ ਦੀ ਟੀਮ ਨੂੰ ਖੁੱਲ੍ਹੀ ਗੱਡੀ 'ਚ ਬਿਠਾ ਕੇ ਖਿਲਾਰ ਕੇ ਇੱਦਾਂ ਪੂਰੇ ਸ਼ਹਿਰ ਦਾ ਚੱਕਰ ਲਵਾ ਦੀ ਵੀ ਕਰ ਲਓ ਦਰਸ਼ਨ, ਠੀਕ ਹੋ ਜਾਓ ਬਿਮਾਰੀ ਵਾਲਿਓ, ਚਲੋ ਅੱਗੇ ਚਲੋ, ਡਾਕਟਰ ਨੇ ਠੀਕ ਨਹੀਂ ਕਰਨਾ, ਦਵਾਈ ਨੇ ਠੀਕ ਕਰਨਾ, ਦਵਾਈ ਲੈ ਕੇ ਇੱਦਾਂ ਖੁੱਲ੍ਹੀ ਗੱਡੀ 'ਚ ਲੱਦ ਕੇ ਲੋਡ ਕਰਕੇ ਪੂਰੇ ਸ਼ਹਿਰ ਦਾ ਚੱਕਰ ਲਵਾ ਦਿਓ ਵੀ ਦਵਾਈਆਂ ਦੇ ਦਰਸ਼ਨ ਕਰ ਲਓ ਤਾਂ ਵੀ ਠੀਕ ਨਹੀਂ ਹੋਣਾ, ਦਵਾਈ ਹੱਥ ਵਿੱਚ ਫੜ ਲਓ ਤਾਂ ਵੀ ਠੀਕ ਨਹੀਂ ਹੋਣਾ, ਦਵਾਈ ਨੂੰ ਮੂੰਹ 'ਚ ਪਾਉਣਾ ਪੈਣਾ ਹੈ ਅਤੇ ਨਾਲ ਪਰਹੇਜ਼ ਕਰਨਾ ਪੈਣਾ ਫਿਰ ਠੀਕ ਹੋਣਾ। ਡਿੱਠੇ ਮੁਕਤ ਨਾ ਹੋਵੇ ਜਿੱਚਰ, ਸ਼ਬਦ ਨਾ ਕਰੇ ਵਿਚਾਰ, ਸ਼ਬਦ ਅਰਥ ਹੈ ਗੁਰੂ ਦੀ ਮਤ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਜਿੰਨੀ ਦੇਰ ਤੱਕ ਮੈਂ ਵਿਚਾਰ ਨਹੀਂ ਕਰਦਾ ਗੁਰੂ ਨੇ ਕਿਹਾ ਕੀ ਹੈ ਅਤੇ ਮੈਂ ਕਰਦਾ ਕੀ ਹਾਂ, ਵੇਖਣ ਨਾਲ ਕੀ ਹੋ ਜਾਏਗਾ, ਵੇਖਿਆ ਤਾਂ ਬੜਿਆਂ ਨੇ, ਕਈ ਵਾਰੀ ਨਾ ਜਦੋਂ ਮਹਾਰਾਜ ਦੇ ਸਰੂਪ ਤੋਂ ਮੁਖਵਾਕ ਲੈਂਦੇ ਆ, ਕਈਆਂ ਗੁਰਦੁਆਰੇ ਤੁਸੀਂ ਨੋਟ ਕੀਤਾ ਹੋਏਗਾ, ਕਈ ਖਲੋ ਕੇ ਦਰਸ਼ਨ ਕਰਦੇ ਗਾਂਹ ਹੋ ਕੇ ਵੀ ਭਾਈ ਸਾਹਿਬ ਮੁਖਵਾਕ ਲੈ ਰਹੇ ਅਸੀਂ ਦਰਸ਼ਨ ਕਰ ਲਈਏ, ਉਹਨਾਂ ਦੇ ਮੁਤਾਬਕ ਇੱਦਾਂ ਦਰਸ਼ਨ ਕਰਨੇ ਵੀ ਸ਼ਾਇਦ ਇੱਦਾਂ ਗੱਲ ਬਣ ਜਾਣੀ ਹੈ, ਜੇ ਇੱਦਾਂ ਕੀਤੀਆਂ ਗੱਲ ਬਣਦੀ ਹੋਵੇ, ਜਿਹੜੇ ਛਾਪੇ ਖਾਨੇ 'ਚ ਸਰੂਪ ਦੀ ਸੋਧ ਸੁਧਾਈ ਕਰਦੇ ਆ ਉਹ ਤਾਂ ਉਹਨੂੰ ਦੇਵਤੇ ਬਣ ਗਏ ਹੁੰਦੇ, ਉਹ ਤਾਂ ਇਕੱਲੀ ਇਕੱਲੀ ਤੁਕ ਨੂੰ ਚੈੱਕ ਕਰਦੇ ਆ ਵੀ ਔਂਕੜ ਕਿੱਥੇ ਲੱਗਾ, ਸਿਹਾਰੀ ਕਿੱਥੇ ਲੱਗੀ ਹੈ, ਬਿਹਾਰੀ ਕਿਤੇ ਰਹਿ ਤਾਂ ਨਹੀਂ ਗਈ, ਆਪਾਂ ਤਾਂ ਇੱਦਾਂ ਖਲੋ ਕੇ ਵੇਖਣੇ, ਫਿਰ ਤਾਂ ਬੜੀ ਦੂਰ ਗੱਲ ਚਲੀ ਜਾਣੀ ਸੀ, ਗੱਲ ਇੱਦਾਂ ਨਹੀਂ, ਜਿਹਨਾਂ ਨੇ ਸਾਕਸ਼ਾਤ ਰੂਪ 'ਚ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਵੀ ਵੇਖਿਆ ਗੱਲ ਉੱਥੇ ਵੀ ਨਹੀਂ ਬਣੀ, ਨਹੀਂ ਬਣੀ ਗੱਲ ਉਦੋਂ ਬਣੀ ਜਦੋਂ ਵਿਚਾਰ ਤੇ ਆਣ ਕੇ ਟਿੱਕੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੈ, ਬਿਨਾਂ ਤੇਲ ਤੋਂ ਦੀਵਾ ਕਿਵੇਂ ਜਗ ਸਕਦਾ, ਸਾਰਿਆਂ ਨੂੰ ਪਤਾ, ਮਹਾਰਾਜ ਸਾਨੂੰ ਦੱਸੋ ਇਹ ਬੁਝਾਰਤ ਹੈ, ਇਸ ਕੁੰਡੀ ਨੂੰ ਖੋਲੋ ਵੀ ਉਹ ਤੇਲ ਕਿਹੜਾ ਦੀਵਾ ਕਿਹੜਾ, ਬਾਹਰ ਦੇ ਪਤਾ ਸਾਰਿਆਂ ਨੂੰ ਵੀ ਦੀਵੇ ਤੇਲ ਤੋਂ ਬਿਨਾਂ ਜਗਦੇ ਨਹੀਂ, ਮਹਾਰਾਜ ਕਹਿੰਦੇ ਮੈਂ ਬਾਹਰ ਦੀ ਗੱਲ ਤੇ ਕਰ ਹੀ ਨਹੀਂ ਰਿਹਾ, ਗੱਲ ਤੇ ਮੈਂ ਅੰਦਰ ਦੀ ਕਰ ਰਿਹਾ, ਸਾਰਾ ਉਪਦੇਸ਼ ਤੇ ਮਨ ਨੂੰ ਸੰਬੋਧਨ ਹੈ, ਮਨ ਵਾਸਤੇ ਦੀਵਾ ਵੀ ਹੋਰ ਹੈ, ਮਨ ਵਾਸਤੇ ਤੇਲ ਵੀ ਹੋਰ ਹੈ, ਮਨ ਵਾਸਤੇ ਰੂੰ ਦੀ ਵੱਟੀ ਵੀ ਹੋਰ ਹੈ, ਅਤੇ ਮਨ ਵਾਸਤੇ ਉਹਨੂੰ ਅੱਗ ਲਾਉਣਾ ਵੀ ਹੋਰ ਹੈ, ਬੜੇ ਪਿਆਰ ਨਾਲ ਪੜੋ।
ਸਤਿਗੁਰ ਜੀ ਕਹਿੰਦੇ ਨੇ ਪੋਥੀ ਪ੍ਰਾਣ ਕਮਾਈ ਹੈ, ਆ ਹੈ ਜੀ ਤੇਲ, ਪੋਥੀ ਪ੍ਰਾਣ ਕਮਾਈ ਹੈ। ਆਪਣੇ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਉਣਾ, ਉਹਦੇ 'ਤੇ ਤੁਰਨਾ, ਇਹ ਤੇਲ ਹੈ। ਹੁਣ ਦੱਸਿਓ ਭਲਾ ਹੈਗਾ ਸਾਡੇ ਕੋਲ? ਉਹ ਬੋਲੋ ਪਿਆਰੇ, ਉਹ ਟੀਨ 'ਤੇ ਖਰੀਦ ਲਿਆਵਾਂਗੇ ਦੁਕਾਨ ਤੋਂ ਸਰੋਂ ਦਾ, ਰਿਫਾਇਨ ਲੈ ਆਵਾਂਗੇ, ਬਦਲ ਲਵਾਂਗੇ, ਆਹ ਤੇਲ ਕਿਹਦੇ ਕਿਹਦੇ ਕੋਲ ਹੈਗਾ ਜੀ? ਪੋਥੀ ਪੁਰਾਣ ਕਮਾਈ ਹੈ, ਪੋਥੀ ਪੁਰਾਣ ਕਮਾਈ ਇਹਨੂੰ ਕਮਾਉਣਾ, ਤੇ ਕਮਾਉਣ ਦਾ ਅਰਥ ਕਹੀਏ ਵੀ ਸ਼ਬਦ ਦੀ ਕਮਾਈ ਕਰਦੇ ਭਾਈ ਸਾਹਿਬ, ਤੁਸੀਂ ਇੱਦਾਂ ਵੀ ਪੁੱਛਦੇ ਕਹੀ ਜਾਣ ਕੇ ਭਾਈ ਸਾਹਿਬ ਜੀ ਸ਼ਬਦ ਦੀ ਕਮਾਈ ਕਰਦੇ ਜੇ, ਉਹ ਇੱਦਾਂ ਵੀ ਆਣ ਕੇ ਪੁੱਛਦੇ, ਉਹਨਾਂ ਦੀ ਕਮਾਈ ਦਾ ਹਿਸਾਬ ਹੋਰ ਵਾ ਵੀ ਇੱਕੇ ਸ਼ਬਦ ਨੂੰ ਵਾਰ ਵਾਰ ਪੜ੍ਹੀ ਜਾਓ। ਇੱਦਾਂ ਦੇ ਕਮਾਈ ਕਰਨ ਵਾਲੇ ਬਾਣੀ 'ਚ, ਬਾਣੀ ਵਿੱਚ ਉਹਨਾਂ ਦੇ ਹਵਾਲੇ ਵੀ ਲਿਖਿਆ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਆਵਾਜ਼ਾਂ ਮਾਰੀ ਜਾਂਦੇ ਰੋਜ਼ ਹੀ ਅਸੀਂ, ਰੱਬ ਜੀ ਦਰਸ਼ਨ ਦੇ ਦਿਓ, ਰੱਬ ਜੀ ਦਰਸ਼ਨ ਦੇ ਦਿਓ। ਮੈਂ ਕਦੀ ਕਦੀ ਸੋਚਦਾ ਵੀ ਜੇ ਸੱਚੀ ਰੱਬ ਜੀ ਪ੍ਰਗਟ ਹੋ ਕੇ ਇੱਥੇ ਆ ਜਾਣ, ਰੱਬ ਨੇ ਆਉਣਾ ਕਿੱਥੋਂ, ਰੱਬ ਤੇ ਅੰਦਰ ਬੈਠਾ, ਜੇ ਸੱਚੀ ਆ ਜਾਣ ਇੱਦਾਂ, ਉਹ ਕਹਿੰਦੇ ਲਿਆ ਰੋਜ਼ ਆਵਾਜ਼ਾਂ ਮਾਰਦਾ ਦੱਸ ਕੀ ਕੰਮ। ਕਿਉਂ ਪਿਆਰਿਓ, ਕਦੀ ਸੋਚਿਆ ਕਿਸੇ ਆਗੂ ਕੋਲ ਜਾਣਾ ਹੋਵੇ ਨਾ, ਪਹਿਲਾਂ ਮੰਗ ਪੱਤਰ ਬਣਾਈਦਾ, ਵੀ ਮੂੰਹ ਜ਼ਬਾਨੀ ਗੱਲਾਂ ਚੇਤੇ ਨੂੰ ਰਹਿ ਜਾਂਦੀਆਂ, ਆਪਾਂ ਮੰਗਣਾ ਕੀ, ਮੰਗ ਪੱਤਰ ਲੈ ਕੇ ਜਾਈਦਾ। ਉਹ ਕਹਿੰਦੇ ਲਿਆਓ ਕੀ ਆ, ਆਹ ਮੰਗ ਪੱਤਰ ਦੇ ਜਾਓ, ਇੱਥੇ ਵਿਚਾਰ ਕਰਾਂਗੇ ਕੀ ਚਾਹੀਦਾ। ਮੰਗ ਪੱਤਰ ਬਣਾਇਆ ਆਪਾਂ, ਐਡੇ ਵੱਡੇ ਰੱਬ ਨੂੰ ਪ੍ਰਗਟ ਕਰਕੇ ਬਾਅਦ 'ਚ ਇਹ ਕਹੀਏ ਰੱਬ ਜੀ ਗੋਡਾ ਦੁਖਦਾ, ਬੋਲੋ ਭੈਣੋ ਮੋਢਾ ਦੁਖਦਾ, ਉਹ ਕਹੇ ਕਿ ਇਹਦੇ ਵਾਸਤੇ ਮੈਂ ਤੁਹਾਡੇ ਮੁਹੱਲੇ 'ਚ ਕੋਈ ਮੈਡੀਕਲ ਸਟੋਰ ਹੋਣਾ, ਉੱਥੋਂ ਗੋਲੀ ਲੈ ਖਾ ਲਾ, ਮੇਰਾ ਸਿਰ ਕੋ ਖਾਧਾ ਪਰਸੋਂ ਦਾ, 4 ਸਾਲ ਹੋ ਗਏ ਮੇਰੀ ਜਾਨ ਖਾਧੇ ਨੂੰ, ਇਹਨਾਂ ਕੰਮਾਂ ਵਾਸਤੇ ਤਾਂ ਗੋਲੀਆਂ ਬਣੀਆਂ ਮੈਡੀਕਲ ਸਟੋਰਾਂ 'ਤੇ। ਰੱਬ ਜੀ ਮੁੰਡਾ ਨਹੀਂ ਆ ਕੇ ਲੱਗਦਾ, ਇਹਨਾਂ ਕੰਮਾਂ ਲਈ ਰੱਬ ਹੈ ਭਲਾ। ਮਸਲਾ ਤਾਂ ਬੜਾ ਵੱਡਾ ਸੀ, ਮੈਨੂੰ ਅੱਜ ਵੀ ਯਾਦ ਹੈ, ਉੱਥੇ ਨਾ ਦਸ਼ਮੇਸ਼ ਦਰਬਾਰ ਕਥਾ ਕਰਕੇ ਮੈਂ ਬਾਹਰ ਆਇਆ ਅਤੇ ਉੱਥੇ ਇੱਕ ਮਾਤਾ, ਹੁਣ ਵੇਖੋ ਅਸੀਂ ਪ੍ਰਚਾਰਕ ਹਾਂ, ਅਸੀਂ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਹਾਂ, ਤੁਹਾਡੇ ਵਰਗੇ ਹੀ ਆ, ਕੋਈ ਵੱਖਰੇ ਬਾਬੇ ਨੇ ਵੀ ਨਾਲ ਗੜਵਈ ਵੱਖਰੀ ਚੁੱਕੀ ਫਿਰਦੇ, ਵੀ ਤੌਲੀਆ ਵੱਖਰਾ ਚੁੱਕਦਾ, ਕੋਈ ਤੀਰ ਵੱਖਰਾ ਲਈ ਫਿਰਦਾ, ਨਹੀਂ ਉਹ ਮਾਤਾ ਆਂਦੀ ਬਾਬਾ ਜੀ ਨੂੰ ਮਿਲਣਾ, ਉਹ ਪ੍ਰਬੰਧਕ ਆਉਂਦੇ, ਉਹ ਬਾਬਾ ਨਹੀਂ ਉਹ ਪ੍ਰਚਾਰਕ ਹੈ ਅਤੇ ਤੁਹਾਡੇ ਬੱਚਿਆਂ ਵਰਗਾ, ਨਹੀਂ ਮਿਲਣਾ ਜੀ। ਕੋਲ ਆ ਗਈ ਮਾਤਾ ਅਤੇ ਕੋਈ ਸ਼ਬਦ ਨਹੀਂ ਹੈਗਾ, ਮੇਰਾ ਗੋਡਾ ਬੜਾ ਦੁਖਦਾ। ਅੰਦਰ 1.5 ਘੰਟਾ ਕਥਾ ਕਰਕੇ ਆਇਆ ਅਤੇ ਬਾਹਰ ਮਾਤਾ ਕਿੱਥੇ ਖਲੋਤੀ ਹੈ, ਵੀ ਕੋਈ ਸ਼ਬਦ ਨਹੀਂ ਹੈਗਾ ਜੀ ਗੋਡਾ ਦੁਖਦਾ। ਮੈਂ ਕਿਹਾ ਮੇਰਾ ਤਾਂ ਆਪਣਾ ਦੁਖਦਾ। ਹੁਣ ਅਸੀਂ ਜਿਹਨਾਂ ਬਾਬਿਆਂ ਕੋਲ ਜਾਂਦੇ, ਬਾਬਾ ਜੀ ਮੈਨੂੰ ਸ਼ੂਗਰ ਹੈ, ਬਾਬੇ ਨੂੰ ਨਹੀਂ ਹੈਗੀ, ਭੱਜੇ ਫਿਰਦੇ ਹਾਂ ਨਾ ਅਸੀਂ, ਸਮਾਜ ਵੀ ਤੁਰੇ ਫਿਰਦੇ, ਕਿਤੇ ਤੁਰਿਆ ਫਿਰਦਾ, ਕਿਤੇ ਤੁਰਿਆ ਫਿਰਦਾ। ਹੁਣ ਸਤਿਗੁਰ ਨੇ ਕਿੱਡਾ ਪਿਆਰਾ ਖਿਆਲ ਦਿੱਤਾ, ਕਿੱਡੀ ਪਿਆਰੀ ਵਿਚਾਰ ਦਿੱਤੀ ਹੈ, ਗੁਰਦੇਵ ਨੇ ਕਿੱਡਾ ਪਿਆਰਾ ਸੰਕੇਤ ਦਿੱਤਾ, ਕਹਿਣ ਲੱਗੇ ਬਿਨਾਂ ਰੱਬ ਦੀ ਯਾਦ ਤੋਂ ਹੁਣ ਪੋਥੀ ਪ੍ਰਾਣ ਕਮਾਈ। ਇੱਥੇ ਕਮਾਉਣ ਦਾ ਅਰਥ ਕੀ ਹੈ? ਪੜ੍ਹੋ, ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ। ਕਮਾਉਣ ਦਾ ਅਰਥ ਹੈ। ਹੁਣ ਆਪਾਂ ਜਦੋਂ ਡਾਕਟਰ ਦੇ ਕੋਲੋਂ ਦਵਾਈ ਲੈ ਕੇ ਆਉਂਦੇ ਹਾਂ ਅਤੇ ਕੇਵਲ ਦਵਾਈ ਵੱਲ ਵੇਖੀ ਜਾਈਏ, ਕਮਾਉਣ ਦਾ ਅਰਥ ਹੈ ਮੈਂ ਜਿਹੜੀ ਦਵਾਈ ਜਿੰਨੇ ਟਾਈਮ 'ਤੇ ਦੱਸਿਆ ਉਨੇ ਟਾਈਮ 'ਤੇ ਖਾ ਰਿਹਾ ਅਤੇ ਜਿਹੜੀ ਜਿਹੜੀ ਚੀਜ਼ ਤੋਂ ਉਹਨੇ ਪਰਹੇਜ਼ ਆਖਿਆ ਉਹ ਮੈਂ ਕਰ ਰਿਹਾ, ਇਹਨੂੰ ਕਮਾਉਣਾ ਕਹਿੰਦੇ ਆ। ਸਤਿਗੁਰ ਨੇ ਆਖਿਆ ਲਾਲਚ ਨਾ ਕਰ, ਸਤਿਗੁਰ ਨੇ ਆਖਿਆ ਨਸ਼ਾ ਨਾ ਕਰ, ਸਾਹਮਣੇ ਨਸ਼ਾ ਪਿਆ ਵੇਖ ਕੇ ਨਹੀਂ ਪੀ ਰਿਹਾ, ਇਹਦਾ ਮਤਲਬ ਤੂੰ ਸ਼ਬਦ ਕਮਾ ਰਿਹਾ। ਰਿਸ਼ਵਤ ਪੈਸੇ ਤੇਰੇ ਘਰ ਤੱਕ ਆ ਗਏ ਆ, ਤੂੰ ਕਹਿੰਦਾ ਨਾ ਭਾਈ, ਲੋੜ ਵੀ ਹੈਗੀ ਹੈ, ਖਰਚਾ ਵੀ ਟੋਆ ਵੀ ਬਹੁਤ ਵੱਡਾ ਪੱਟਿਆ, ਕਹਿੰਦਾ ਨਾ ਭਾਈ, ਵਿਆਜੀ ਪੈਸੇ ਲੈ ਲੂੰ, ਬੈਂਕ ਕੋਲੋਂ ਲੋਨ ਲੈ ਲੂੰ, ਨਾ ਨਾ ਇਹ ਕੰਮ ਨਹੀਂ ਕਰਨਾ, ਕਮਾਉਣਾ ਹੈ ਸ਼ਬਦ ਨੂੰ। ਕਿਉਂਕਿ ਬਾਣੀ ਆਉਂਦੀ ਲਾਲਚ ਛੋਡ ਆਉਂਦੇ, ਉਹ ਲਾਲਚ ਦੁੱਖ ਪਾਰੀ, ਵੀ ਲਾਲਚ ਇਨਸਾਨ ਨੂੰ ਦੁਖੀ ਕਰਦਾ। ਪੋਥੀ ਪ੍ਰਾਣ ਕਮਾਈ ਹੈ, ਇਹ ਤੇਲ ਹੈ। ਅਤੇ ਮਹਾਰਾਜ ਵੱਟੀ ਕਿਹੜੀ ਪਾਈਏ, ਰੂੰ ਦੀ ਵੱਟੀ ਵੀ ਚਾਹੀਦੀ ਹੈ ਨਾ, ਕਹਿੰਦੇ ਭਉ ਵੱਟੀ ਇਤ ਤਨ ਪਾਈ ਹੈ, ਰੱਬ ਦੇ ਨਿਰਮਲ ਭਉ ਦੀ ਵੱਟੀ ਇਸ ਤਨ ਵਿੱਚ, ਤਨ ਦੇ ਦੀਵੇ 'ਚ ਪਾ, ਭਉ ਵੱਟੀ ਇਤ ਤਨ ਪਾਈ ਹੈ, ਭਉ ਦੀ ਵੱਟੀ ਹੈ ਭਉ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਿਨ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਵੱਲੋਂ ਖਿਆਲ ਪ੍ਰਗਟ ਕੀਤੇ ਨੇ ਵੀ ਜਿਹਦੇ ਅੰਦਰ ਭੈ ਅਦਬ ਨਹੀਂ ਹੈ, ਅੱਜ ਸਤਿਗੁਰ ਦੀ ਬਾਣੀ ਕਹਿੰਦੀ, 2-2 ਘੰਟੇ 3-3 ਘੰਟੇ ਅਸੀਂ ਸਤਿਗੁਰ ਦੀ ਗੋਦ ਵਿੱਚ ਵੀ ਬਹਿੰਦੇ ਹਾਂ, 3-3 ਦਿਨ ਸਾਡੇ ਘਰ ਅਖੰਡ ਪਾਠ ਵੀ ਹੁੰਦਾ ਹੈ, ਕਿੰਨੇ ਪ੍ਰਸੈਂਟ ਆਪਣੀ ਜ਼ਿੰਦਗੀ ਤੁਸੀਂ ਆਨੰਦ ਕਾਰਜ ਵੇਖੇ ਹੈ ਜੀ, ਜਿਹੜੇ ਨਸ਼ੇ ਤੋਂ ਬਿਨਾਂ ਹੁੰਦੇ ਹੋਣ, ਕਿਉਂ ਸਾਧ ਸੰਗਤ ਜੀ, ਕਿੰਨੇ ਪ੍ਰਸੈਂਟ ਆਪਣੀ ਜ਼ਿੰਦਗੀ ਤੁਸੀਂ ਆਨੰਦ ਕਾਰਜ ਵੇਖੇ ਹੋਣਗੇ, ਗ੍ਰਸਤੀਆਂ ਜਾਣ ਦਾ ਮੌਕਾ ਤਾਂ ਬਣਦਾ ਹੀ ਹੈ।
ਕਿੰਨੇ ਪਰਸੈਂਟ ਐਸੇ ਪਰਿਵਾਰ ਵੇਖੇ ਜਿਹੜੇ ਦਾਜ ਨਾ ਲੈਂਦੇ ਹੋਣ, ਜਿਹੜੇ ਆਪ ਕਹਿ ਦੇਣ ਏਦਾਂ ਵੀ ਨਹੀਂ ਭਾਈ ਧੀ ਦੇ ਤੀ ਪਿੱਛੇ ਕੀ ਰੱਖਿਆ ਤੁਸੀਂ, ਸਭ ਕੁਝ ਠੀਕ ਹੈ। ਸਤਿਗੁਰੂ ਜੀ ਕਹਿੰਦੇ ਭੈ ਹੈ ਅਦਬ ਹੈ, ਜਿਨ ਭੈ ਅਦਬ ਨਾ ਬਾਣੀ ਤਾਰਾ। ਹੁਣ ਇੱਥੇ ਭਾਉ ਵੱਟੀ ਇਤ ਤਨ ਪਾਈ ਹੈ, ਨਿਰਮਲ ਭਾਉ ਦੀ ਵੱਟੀ ਇਸ ਤਨ ਵਿੱਚ ਪਾ ਤੇ ਸੱਚ ਬੁੱਝਣ, ਸੱਚ ਨੂੰ ਬੁੱਝਣਾ ਇਹ ਬੁਝਾਰਤ ਹੈ। ਸੱਚ ਬੁੱਝਣ ਆਣ ਜਲਾਈਏ ਇਹ ਅੱਗ ਲਾਉਣੀ। ਹੁਣ ਮਾਰੋ ਧਿਆਨ, ਕਿੰਨਿਆਂ ਕੋਲੇ ਤੇਲ ਹੈ, ਕਿੰਨਿਆਂ ਕੋਲੇ ਰੂਣ ਦੀ ਵੱਟੀ ਹੈ ਤੇ ਕਿੰਨਿਆਂ ਨੂੰ ਇਸ ਤਰੀਕੇ ਨਾਲ ਅੱਗ ਲਾਉਣੀ ਆਉਂਦੀ ਹੈ। ਸੱਚ ਬੁੱਝਣ ਆਣ ਜਲਾਈਏ। ਤੇ ਅੱਗੇ ਮਹਾਰਾਜ ਫਿਰ ਕਹਿੰਦੇ ਨੇ ਇਹ ਤੇਲ, ਇਹ ਤੇਲ, ਅਗਲਾ ਰਹਾਉ ਦਾ ਬੰਦ ਉਹਦੇ ਵਿੱਚ ਜਵਾਬ ਕਹਿੰਦੇ ਇਹ ਤੇਲ ਦੀਵਾ ਇਉਂ ਜਲੈ। ਐਦਾਂ ਤੇਲ ਹੋਵੇ, ਐਦਾਂ ਦੀਵਾ ਹੋਵੇ, ਐਦਾਂ ਅੱਗ ਲੱਗੇ ਕਰ ਚਾਨਣ ਸਾਹਿਬ ਤਾਂ ਮਿਲ, ਐਦਾਂ ਰੱਬ ਮਿਲਣਾ। ਕਹਿੰਦੇ ਐਦਾਂ ਚਾਨਣ ਕਰ, ਐਦਾਂ ਰੱਬ ਮਿਲ ਹੈ ਚਾਨਣ। ਜਿੰਨਾ ਸਾਡੀ ਕੌਮ ਨੇ ਬਾਹਰ ਦੀਵੇ ਜਗਾਉਣ ਤੇ ਜ਼ੋਰ ਲਾਇਆ ਨਾ, ਕਾਸ਼ ਕਿਤੇ ਉਹਨਾਂ ਅੰਦਰ ਦੇ ਦੀਵੇ ਵੱਲ ਵੀ ਧਿਆਨ ਦਿੱਤਾ ਹੁੰਦਾ। ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ, ਚਾਂਦਨਾ ਚਾਂਦਨ ਆਂਗਨ ਹਰ ਜੀਓ ਅੰਤਰ ਚਾਂਦਨਾ। ਕਹਿੰਦੇ ਦੁਨੀਆਂ ਤੇ ਤੁਸੀਂ ਵੇਖਿਆ ਵਿਆਹਾਂ ਸ਼ਾਦੀਆਂ ਤੇ ਲੋਕ ਲੜੀਆਂ ਲਾਉਂਦੇ ਆਪਣੇ ਘਰਾਂ ਦੇ ਬਾਹਰ, ਜਿਹੜੀ ਕਦੀ ਕਿਸੇ ਦੇ ਘਰ ਡੈਥ ਹੋਈ ਹੋਵੇ, ਕਦੀ ਕਿਸੇ ਨੇ ਲੜੀ ਲਾਈ ਬਾਹਰ, ਉਦੋਂ ਤੇ ਸੋਗ ਹੁੰਦਾ ਹੈ। ਦੀਵੇ ਬੁਝਾਉਣ ਨੂੰ ਜੀ ਨਹੀਂ ਕਰਦਾ ਉਦੋਂ, ਤੇ ਜਗਾਉਣ ਨੂੰ ਜੀ ਕਦੋਂ ਕਰਦਾ? ਜਦੋਂ ਕੋਈ ਖੁਸ਼ੀ ਦਾ ਫੰਕਸ਼ਨ ਹੋਵੇ ਘਰ 'ਚ, ਆਨੰਦ ਕਾਰਜ ਹੋਵੇ, ਕਿਸੇ ਨੇ ਆਪਣੇ ਬੱਚੇ ਦਾ ਜਨਮ ਦਿਨ ਮਨਾਉਣਾ ਹੋਵੇ, ਲੜੀਆਂ ਨਹੀਂ ਲਾਉਂਦੇ। ਸਤਿਗੁਰੂ ਜੀ ਕਹਿੰਦੇ ਨੇ ਚਾਂਦਨਾ ਚਾਂਦਨ ਆਂਗਨ, ਚਾਨਣ ਲੋਕ ਕਰਦੇ ਨੇ, ਘਰਾਂ 'ਚ ਕਰਦੇ ਆਏ ਨੇ, ਲੜੀਆਂ ਲਾਉਂਦੇ ਆਏ ਨੇ, ਦੀਪਮਾਲਾ ਕਰਦੇ ਆਏ ਨੇ, ਪਰ ਦੁਨੀਆਂ ਦੇ ਤਮਾਮ ਚਾਨਣਾਂ 'ਚੋਂ ਸਭ ਤੋਂ ਸ਼੍ਰੋਮਣੀ ਚਾਨਣ ਹੈ ਅੰਤਰ ਚਾਨਣਾ, ਅੰਦਰ ਦੀਵਾ ਬਾਲ। ਜਿੰਨਾ ਜ਼ੋਰ ਸਾਡੀ ਕੌਮ ਨੇ ਬਾਹਰਲੇ ਦੀਵਿਆਂ 'ਤੇ ਲਾਇਆ ਹੈ ਨਾ, ਕਾਸ਼ ਕਿਤੇ ਉਹਦੇ ਵਿੱਚੋਂ ਇੱਕ ਅੱਧਾ ਪਰਸੈਂਟ ਵੀ ਆਪਣੇ ਅੰਦਰ ਦੇ ਦੀਵੇ ਜਗਾਉਣ ਦੀ ਗੱਲ ਕੀਤੀ ਹੁੰਦੀ ਨਾ, ਆ ਦਿਨ ਕੌਮ ਨੂੰ ਨਾ ਦੇਖਣੇ ਪੈਂਦੇ ਜਿਹੜੇ ਅਸੀਂ ਦੇਖ ਰਹੇ ਹਾਂ, ਜਿਨ੍ਹਾਂ ਹਾਲਾਤਾਂ 'ਚ ਅੱਜ ਕੌਮ ਲੰਘ ਰਹੀ ਹੈ। ਕਿਉਂਕਿ ਹੁਣ ਚੱਕਰ ਇਹ ਹੈ, ਬਾਹਰ ਦੇ ਦੀਵੇ 'ਤੇ ਕਿਹੜਾ ਜ਼ੋਰ ਲੱਗਣਾ, ਪੈਸੇ ਕਮਾਓ, ਤੇਲ ਲਾਓ, ਦੀਵਾ ਲਾਓ, ਘਿਓ ਲਾਓ, ਅੱਗ ਲਾ ਲਓ, ਇਸ ਦੀਵੇ ਵਾਸਤੇ ਕੁਝ ਛੱਡਣਾ ਪੈਣਾ, ਇਸ ਦੀਵੇ ਵਾਸਤੇ ਥੋੜ੍ਹੀ ਜਿਹੀ ਟੁੱਟ ਭੱਜ ਹੋਏਗੀ। ਜਿਹਨੂੰ ਬਾਣੀ 'ਚ ਸਤਿਗੁਰ ਨੇ ਲਿਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਅੱਗੇ ਕੀ ਹੈ ਜੀ ਭਲਾ, ਬਿਖਮ ਕਿਹੜਾ ਮਾਰਗ ਬਿਖਮ ਹੈ ਜੀ? ਉਹ ਪਹਾੜੀਆਂ ਚੜ੍ਹਦੇ ਨੇ ਵੀ ਆਮ ਬੰਦੇ ਕੋਲ ਚੜਿਆ ਨਹੀਂ ਜਾਣਾ, ਉਹ ਕਿਹੜਾ ਬਿਖਮ ਮਾਰਗ ਹੈ? ਅਗਲਾ ਅਗਲੀ ਤੁਕ ਪੜੋ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣ, ਆਹ ਹੈ ਚਾਲ ਨਿਰਾਲੀ। ਹੁਣ ਭਗਤ ਕਹਿੰਦਾ ਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ। ਹੁਣ ਇੱਕ ਰਿਸ਼ਤੇਦਾਰ ਲਾਲਚੀ ਹੋਵੇ ਤੇ ਦੂਜਾ ਰਿਸ਼ਤੇਦਾਰ ਲਾਲ ਤੋਂ ਉੱਪਰ ਹੋਵੇ, ਕਿਉਂ ਜੀ? ਨਿਭਦੀ ਆ, ਬੋਲਿਓ ਪਿਆਰਿਓ, ਨਿਭਦੀ ਆ, ਸਕੇ ਭੈਣ ਭਰਾਵਾਂ ਦੀ ਨਹੀਂ ਨਿਭਦੀ। ਜਿਹਦੇ ਬਣ ਜਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ। ਹੁਣ ਇੱਕ ਪਰਿਵਾਰ ਦਾ ਜੀ ਸੱਚ ਨੂੰ ਸਾਹਮਣੇ ਰੱਖ ਕੇ ਜੂ ਰਿਹਾ, ਦੂਜਾ ਸੰਸਾਰ ਨੂੰ ਸਾਹਮਣੇ ਰੱਖ ਕੇ ਜੋ ਰਿਹਾ, ਉਹਨਾਂ ਦੀ ਆਪਸ 'ਚ ਬਣਨੀ ਨਹੀਂ, ਰਿਸ਼ਤੇਦਾਰੀਆਂ ਟੁੱਟ ਜਾਣੀਆਂ। ਪਰਿਵਾਰਾਂ 'ਚ ਵੀ ਇੰਝ ਹੁੰਦਾ, ਜਿੱਥੇ ਪਤੀ ਦੇ ਮਨ 'ਚ ਲਾਲਚ ਹੋਏਗਾ, ਪਤਨੀ ਦੇ ਮਨ 'ਚ ਲਾਲਚ ਹੋਏਗਾ, ਤਾਂ ਵੀ ਲੰਘਣਾ ਔਖਾ ਹੈ। ਜਿੱਥੇ ਪਤਨੀ ਦੇ ਮਨ 'ਚ ਲਾਲਚ ਹੈ, ਪਤੀ ਲਾਲਚ ਤੋਂ ਉੱਪਰ, ਤਾਂ ਵੀ ਨਿਬੜੀ ਔਖੀ ਹੈ, ਅਤੇ ਭਰਾਵਾਂ 'ਚ ਹੋਏਗੀ ਤਾਂ ਵੀ ਨਿਬੜੀ ਔਖੀ ਹੈ। ਹੁਣ ਇੱਥੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਆਹ ਹੈ ਬਿਖਮ ਮਾਰਗ। ਹੁਣ ਬਿਖਮ ਮਾਰਗ ਦਾ ਅਰਥ ਨਹੀਂ ਵੀ ਮੈਂ 2 ਘੰਟੇ ਰੋਜ਼ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਾਂ, ਇਹ ਔਖਾ ਹੈ, ਆਖਣੇ ਔਖਾ, ਸਾਚਾ ਨਾਉ, ਇਹ ਨਹੀਂ ਆਖਣਾ ਔਖਾ। ਨਾਮ ਉਹ ਹੈ ਅਸੂਲ ਸੱਚਾਈ, ਸਤਿਗੁਰ ਦੀ ਬਾਣੀ। ਹੁਣ ਲਾਲਚ ਹੈ, ਲਾਲ ਤੇ ਛਾਲਾਂ ਮਾਰ ਮਾਰ ਕੇ ਬੰਦੇ ਨੂੰ ਗਲਤ ਬੰਨੇ ਖੜਦਾ, ਬੇਈਮਾਨੀਆਂ ਕਰਾਉਂਦਾ, ਰਿਸ਼ਵਤ ਲੈਣ ਲਈ ਮਜਬੂਰ ਕਰਦਾ, ਤਾਂ ਹੀ ਤੇ ਹਨੇਰ ਵਰਤਿਆ ਪਿਆ ਸਤਿਗੁਰ ਨੇ, ਤਾਂ ਹੀ ਤੇ ਆਖਿਆ। ਹੁਣ ਗੁਰਦੇਵ ਨੇ ਕਿਉਂ ਆਖਿਆ ਸੀ, ਕਲ ਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡਰਿਆ। ਹੁਣ ਰਾਜਿਆਂ ਨੂੰ ਕਸਾਈ ਕਹਿਤਾ, ਕਸਾਈ ਕਿਹਨੂੰ ਕਹਿੰਦੇ ਭਲਾ ਆਪਾਂ, ਜਿਹੜਾ ਮਾਸ ਵੱਢ ਕੇ ਵੇਚਦਾ। ਸਤਿਗੁਰ ਨੇ ਕੀ ਲਿਆ, ਆਪਾਂ ਕਹਿੰਦੇ ਸਾਰੀ ਬਾਣੀ ਰੱਬ ਦੀ ਗੱਲ ਕਰਦੀ ਹੈ, ਉਹਦੀ ਉਸਤਤ ਹੈ, ਤੇ ਰਾਜੇ ਕਸਾਈ ਕਿਹਾ, ਇਹ ਕਿਹੜੀ ਰੱਬ ਦੀ ਉਸਤਤ ਹੋਈ? ਵੀ ਜਾਣੀ ਕਿ ਰਾਜੇ ਨੂੰ ਇਹ ਅਹਿਸਾਸ ਕਰਾਉਣਾ, ਕਸਾਈਆਂ ਵਾਲਾ ਸੁਭਾਅ ਛੱਡ, ਇਹ ਵੀ ਰੱਬ ਦੀ ਬੰਦਗੀ ਹੈ। ਜੇ ਬੰਦਗੀ ਨਾ ਹੋਵੇ ਤਾਂ ਸਾਡੇ ਬੱਚੇ 30-30 ਲੱਖ ਰੁਪਇਆ ਲਾ ਕੇ ਬਾਹਰਲੀਆਂ ਕੰਟਰੀਆਂ 'ਚ ਕਿਉਂ ਜਾਣ? ਉਹਨਾਂ ਨੂੰ ਉੱਥੇ ਕੁਝ ਚੰਗਾ ਲੱਗਦਾ ਤਾਂ ਹੀ ਜਾਂਦੇ,
जिन्ना धर्म के नाते रौला भारत में कितने नहीं है। इतने जागरण हो रहे ने, कीर्तन दरबार हो रहे ने, कथा दरबार हो ही जाते हैं। कोई कोई किस तरह का गुमट बना के बैठा, किस तरह का बना के बैठा भी शायद रब मेरे को उत्थे है ही नहीं। जिन्ना धर्म के नाते भारत में है, बाहर तो है ही नहीं। पर उत्थे अगले डिगे पैसे भी चुके फड़ाउंदे आ, इत्थे जेब च हाथ पा के कढ लैंदे आ। फिर दस्सिओ धर्म कित्थे होया जी? ओ बोलो प्यारे, ओ धर्म कित्थे होया जी? सब तो वध रौला, मैं परसों भी गल कीती सी ना, भी जे नहाउण नाल मुक्ति मिलदी ते बाहरलिआं नूं भी चाहीदी सी ना इह चीज़ां। इत्थे सब तो वध तुसीं वेखो इक सूई नहीं अपनी बना सके। विश्वकर्मा की पूजा भी इत्थे हुंदी है, रेल दीआं पटड़ियां अगले होश आ गए। इत्थे बलदां नूं कुट कुट के साडे वर्गिआं मर जाणा सी, अगले ट्रैक्टर देते भी कित्थे कित्थे दो बलद हल खिंचदे आ, इत्थे तेरह तेरह हल्लां खिंची जांदे आ। छब्बी बलद चाहीदे ना तेरह हल्लां वास्ते, छब्बियां बलदां दा कल्ला ही काम ट्रैक्टर करी जांदा। साडे इत्थे सूई नहीं तैयार कर सके, विश्वकर्मा जी तुहाडी पूजा करदे आ, एक सूई नहीं अपनी बना सके। एक अद्धी शायद रेल की पटड़ी मगरों विछाई होनी, वह भी रेल लह गई उत्तों पटड़ी तो, गोरे दे गए आपां नूं सारा कुछ। वह नहीं मानते इन्हां गल्लां नूं, जहाज बनाते किड़िया किड़िया उन्हां दीआं काढ़ां ने। आ जो तुसीं अज वरत रहे हो ये उन्हां दी देण है, पर इत्थे मन्निया जा रहा औजार बनते हैं जी, आह करता है सतगुर की बाणी कहती समझ। इस गल मानते लोग, तुरी अज भी दुनिया तुरी फिर छुट्टी करते, उधर हथियारों की पूजा करते। सतगुर ने जिस दलदल विचों सानू बाहर कढ़िया ना, उस दलदल विच असीं फिर तसदे जा रहे हैं। उस दलदल जिथों सतगुर ने बाहर कढ़ के सानू लियांदा सी। हुण इत्थे कहिंदे अपनी जिंदगी दे विच रोशनी करना चाहुंदा ते तेल लैके आ, दीवा लैके आ, वह बाहरों लैके हर अच्छा जिन्ना जिन्नी भी आ गल हो रही है ना, इहदे चों एक भी चीज़ बाहरों लियाउण दी लोड़ नहीं। आ जिन्नी भी गल हो रही है कितें बाहरों ना तेल बाहरों लियाउण दी लोड़ है, ना दीवा बाहरों लियाउण दी लोड़ है, ना रूह बाहरों लियाउण दी लोड़ है, ते ना अग ही बाहरों लाउण दी लोड़ आ। इदां ही पूजा की गल आई बाणी च, पूजा करन वास्ते चंदन केसर नारियल ये चीजा लोग रखते सी पूजा करने वास्ते। सतगुर ने आख्या जे ते चंदन नाल ही पूजा होनी आ, गरीब बंदा ते पूजा कर ही नहीं सकदा, चंदन ते महंगा बड़ा। ते गुरदेव ने फिर डंके की चोट ते कहा, तेरा नाम करी चना नाठिया, रब जी तुहाडा नाम ही मेरे वास्ते चंदन की लकड़ है। जे मन उरसा होए तुहाडे, मैं अपने मन नूं ओह पत्थर बना लिया जे ते चंदन रगड़ी दा है। हुण दस्सिओ इच एक भी चीज बाहरों आई पूजा लिया करन लई? तेरा नाम करी चना नाठिया, जे मन उरसा होए करनी कुंगू, करनी आचरण करदार ए केसर है, केसर भी महंगा आचरण भी महंगा। करनी कुंगू जे रलै, कित्थे पूजा कट अंतर पूजा होए, ना बाहरों टरियां खड़काउण दी लोड़, ना बाहरों जोतां जगाउण दी लोड़, ना बाहरों फुल चढ़ाउण दी लोड़, पूजा अंदर ही होई जांदी। हल वाहुंदिआं भी होई जांदी, रोटी पकाउंदिआं भी होई जांदी, फैक्ट्री च काम करदिआं भी होई जांदी, अपने दफ्तर बैठिआं भी होई जांदी। ए पूजा वास्ते वखरा टाइम कढ़न दी लोड़ नहीं है। हैगा है धर्म सौखा कि नहीं? जिहड़े कहिंदे रब नूं याद कर ली, वखरा समां कढ़ो, रीढ़ दी हड्डी सिद्धी करो, वाह बाहर नूं करो, गुरु अंदर नूं खिचो। दस्यो भला जी, आ पुछिए आप गुरु नानक साहब नूं, 730 अंक ते शब्द है जी, एक गल गुरु नानक साहब जो बाहर होई पुछियो जरूर। रीढ़ दी हड्डी सिद्धी करो, बाणी कहिंदी है, जोग ना बाहर मड़ी मसाणी, जोग ना ताड़ी लाई है। ताड़ी दे अर्थ पढ़ियो, 730 अंक ते शब्द है सूही राग दा। ताड़ी दा अर्थ है समाधि। ताड़ी दा अर्थ की जी? तो साढ़े को लवाइया जा रही, आपे बोल के दस्यो हुण। कोई अंदर लाइटा जगा के याद करो, कोई अंदर लाइटा बुझा के, सारे पुठे काम करने। अच्छा नोट कितना चेक करते हैं आप, इदा इदा सामने लाइट दे भी सारा कुछ सही है। रिश्वत लैन लगे बंदा कैमरे वेंदा, कैमरा तो नहीं लगा कि आसे पासे, तो रब नूं याद कर लेंगे कहते लाइटा बुझा दियो। सारे काम आस पास वेखदा, चाह बनाउण लग्या, रोटी पकाउण लग्या, जिन्ने काम करदे आपां अखां खोलदे आ ना। इत्थे ते घर विच अखां बंद होण ना प्यो दीआं, ते दादी कहिंदी पुत थोड़ी जी अखां खोल। आसे पासे ज्ञानी होए सो चितन होए, सतगुरु जी तां अखां खलाउंदे चले गए दुनिया तो, शरीरक तौर ते अखां खोलो भाई, साडियां अखां फेर बंद कराइयां जा रहीआं।
ਬਾਣੀ ਚ ਕਿਤੇ ਅੱਖਾਂ ਬੰਦ ਕਰਕੇ ਇੱਥੇ ਤਾਂ ਲਿਖਿਆ ਅੱਖੀ ਤਾਂ ਮੀਟ ਹੈ ਨਾਕ ਪਕੜੈ। ਆਹ ਸ਼ਬਦ ਨਹੀਂ ਤੁਹਾਨੂੰ ਅਗਲੇ ਸੁਣਾਉਣਗੇ, ਵਿੱਚੋਂ ਕੋ ਪੁੱਛ ਲਓ ਜੀ ਬਾਣੀ ਤਾਂ ਲਿਖਿਆ ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ। ਆ ਜਿਹੜੇ ਤਰੀਕੇ ਤੁਸੀਂ ਵਰਦੇ ਹੋ ਇਹਦੇ ਨਾਲ ਉੱਚਾ ਆਚਰਣ ਨਹੀਂ ਬਣਨਾ। ਥਾਂ ਨਿਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਹ ਜੱਗ, ਆਹ ਤਾਂ ਸਾਰੇ ਲੱਛਣ ਤੁਹਾਡੇ ਜੱਗ ਨੂੰ ਡੁਬਾਉਣ ਵਾਲੇ ਆ। ਤੁਸੀਂ ਤਾਂ ਜਗਤ ਨੂੰ ਤਬਾਹੀ ਦੇ ਕੰਢੇ ਤੇ ਲੈ ਜਾਣਾ ਜਿਹੜੇ ਤੁਸੀਂ ਲੱਛਣ ਫੜ ਲਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਡੂਬਤਾ ਇਹ ਜੱਗ ਇੱਦਾਂ ਇੱਦਾਂ ਤੁਸਾਂ ਡੁਬਾਉਣਾ ਜੇ। ਸਤਿਗੁਰੂ ਜੀ ਕਹਿੰਦੇ ਧਰਮ ਦੇ ਪੈਰੋਕਾਰੋ ਲੋਕ ਤੁਹਾਡੇ ਕੋਲ ਇਲਾਜ ਕਰਾਉਣ ਆਉਂਦੇ ਆ, ਤੁਸੀਂ ਅੱਖਾਂ ਬੰਦ ਕਰਾਈ ਜਾਂਦੇ ਹੋ, ਤਬਾਹੀ ਤਾਂ ਫੇਰ ਬਚੀ ਜਾਂਦੀ ਉਸੇ ਤਰ੍ਹਾਂ। ਡੂਬਤਾ ਇਵੇਂ ਜੱਗ ਆ ਹੈ ਤਰੀਕਾ। ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਠੱਗਣ ਕੋ ਸੰਸਾਰ। ਰਿਸ਼ਤਾ ਵੇਖਣ ਆਉਣ ਕੁੜਮ ਕੁੜਮਣੀ ਆਪਾਂ ਕਹਿੰਦੇ ਬੜੇ ਹੀ ਧਰਮੀ ਨੇ ਭਾਈ, ਅੱਖਾਂ ਹੀ ਨਹੀਂ ਖੋਲਦੇ ਦੋ ਦੋ ਘੰਟੇ। ਸਾਡੇ ਉੱਥੇ ਐਸ ਡੀ ਐਮ ਹੁੰਦਾ ਸੀ ਗੋਇੰਦਵਾਲ ਸਾਹਿਬ, ਮੈਨੂੰ ਅੱਜ ਵੀ ਯਾਦ ਹੈ, ਉਦੋਂ ਮੈਂ ਕਾਲਜ ਨਹੀਂ ਸੀ ਆਇਆ। ਆਸਾ ਕੀ ਵਾਰ ਉਹਨੇ ਪੂਰੀ ਸੁਣਨੀ ਗੋਇੰਦਵਾਲ ਸਾਹਿਬ ਜਦੋਂ ਆਸਾ ਕੀ ਵਾਰ ਹੋਣੀ, ਜਿੱਦਣ ਅਗਲਿਆਂ ਨੇ ਪੂਰੀ ਇਨਕੁਆਇਰੀ ਕੀਤੀ ਨਾ, ਲੜਕੀ ਨੂੰ ਦਿੱਤਾ ਹੋਇਆ ਦਾਜ ਵੀ ਵਾਪਸ ਮੰਗਾਇਆ ਵੀ ਇੰਨੀ ਤੇਰੀ ਤਨਖਾਹ ਆਹ ਸਾਰਾ ਕੁਝ ਕਿੱਥੋਂ ਪਾਲਾ। ਅੱਖ ਨਹੀਂ ਸੀ ਖੋਲਦਾ, ਟਰਾਂਸਫਾਰਮ ਕਿਸਾਨ ਨੇ ਰਖਾਉਣਾ ਹੁੰਦਾ ਸੀ, ਪਹਿਲਾਂ ਲਲਕੜੀਆਂ ਕਢਾਉਂਦਾ ਸੀ, 5% ਵਿਆਜੀ ਪੈਸੇ ਚੁੱਕ ਕੇ ਜਮ੍ਹਾਂ ਕਰਵਾਉਣੇ ਪੈਂਦੇ ਸੀ। ਸਤਿਗੁਰੂ ਨੂੰ ਇਹ ਆਸਾ ਕੀ ਵਾਰ 'ਚ ਕਦੀ ਨਾ ਲਿਖਣਾ ਪੈਂਦਾ ਮਾਣ ਸਿਖਾਣੇ ਕਰੇ ਨਮਾਜ਼। ਇਹ ਥੋੜ੍ਹਾ ਕਿਹਾ ਵੀ ਤੁਸੀਂ ਨਮਾਜ਼ਾਂ ਨਹੀਂ ਪੜ੍ਹਦੇ, ਕਹਿੰਦੇ ਖੂਨ ਵੀ ਪੀ ਜਾਂਦੇ ਹੋ ਅਤੇ ਨਮਾਜ਼ਾਂ ਵੀ ਪੜ੍ਹੀ ਜਾਂਦੇ ਹੋ, ਹੱਕ ਵੀ ਖਾਈ ਜਾਂਦੇ। ਜੇ ਅੱਜ ਮਹਾਰਾਜ ਹੁਣ ਕੀ ਕਹਿਣਾ, ਜਪਜੀ ਸਾਹਿਬ ਵੀ ਪੜ੍ਹੀ ਜਾਂਦੇ ਹੋ, ਰਿਸ਼ਵਤ ਵੀ ਲਈ ਜਾਂਦੇ ਹੋ, ਬੇਈਮਾਨੀ ਵੀ ਕਰੀ ਜਾਂਦੇ ਹੋ, ਆਸਾ ਕੀ ਵਾਰ ਵੀ ਸੁਣੀ ਜਾਂਦੇ ਹੋ ਅਤੇ ਪੜ੍ਹੀ ਜਾਂਦੇ ਹੋ। ਕਿਉਂ ਮਹਾਰਾਜ ਸਾਨੂੰ ਕਹਿਣਗੇ ਕਿ ਨਹੀਂ ਕਹਿਣਗੇ ਜੀ? ਬੋਲੋ ਪਿਆਰੇ, ਉਹ ਬੋਲੋ ਪਿਆਰੇ, ਉਹ ਮੈਨੂੰ ਲੱਗਦਾ ਸੋਚਣ ਲੱਗ ਪਏ, ਜ਼ਿਆਦਾ ਹੀ ਸੀਰੀਅਸ ਜਿਹਾ ਹੋ ਜਾਂਦਾ ਨਾ ਬੰਦਾ ਜਦੋਂ ਸੁਣਦਾ, ਹੈ ਮੇਰੇ 'ਤੇ ਲੱਗੀ ਜਾਂਦੀਆਂ ਮਹਾਰਾਜ ਨੇ। ਅਤੇ ਜਦੋਂ ਆਪਾਂ ਕੋਈ ਪਿਕਚਰ ਵੇਖਦੇ ਨਾ, ਕੋਈ ਸੀਰੀਅਲ ਵੇਖਦੇ ਹਾਂ, ਲੱਗਦਾ ਨਹੀਂ ਕਹਾਣੀ ਸਾਡੇ ਘਰ ਦੀ, ਇਹਨਾਂ ਨੂੰ ਕੌਣ ਦੱਸ ਗਿਆ? ਇੱਦਾਂ ਹੀ ਤਾਂ ਸੱਜਣ ਨੂੰ ਲੱਗਦਾ ਸੀ ਵੀ ਮੈਂ ਇੱਥੇ ਬੈਠਾ ਤੋਂ ਲੰਬੇ, ਮਹਾਰਾਜਾ ਉੱਥੋਂ ਆਏ, ਇਹਨੂੰ ਮਹਾਰਾਜ ਨੂੰ ਕੌਣ ਦੱਸ ਗਿਆ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਕ ਮੰਗੀਏ ਤਿੱਥੇ ਖੜੇ ਦਸਾਂ। ਸੱਜਣ ਨੂੰ ਇੰਝ ਲੱਗਾ ਵੀ ਸਤਿਗੁਰ ਨੇ ਪੂਰਾ ਸੀਸਾ ਮੈਨੂੰ ਵਿਖਾਤਾ ਵੀ ਉੱਜਲ ਕਹਾਂ ਚਿਲਕਣਾ ਘੋਟ ਮਕਾਲੜੀ ਮਾਸੋ ਧੋਤਿਆਂ ਜੂਠਣਾ ਉਤਰੈ ਜੇ ਸੌ ਧੋਵਾਂ। ਕੈ ਦਾ ਭਾਂਡਾ ਬੜਾ ਲਿਸ਼ਕਦਾ ਹੈ, ਧੋ ਕੇ ਧੁੱਪੇ ਰੱਖੋ ਨਾ। ਸੂਰਜ ਨੂੰ ਵੀ ਜਦੋਂ ਸੂਰਜਾਂ ਕਰਨਾ ਪੈਂਦੀਆਂ ਸੀਸੇ ਨੂੰ ਮਾਤ ਪਾਉਂਦਾ, ਬਹੁਤ ਪ੍ਰਭਾਵਿਤ ਕਰਦਾ, ਪਰ ਜਿੰਨੀ ਵਾਰ ਧੋਈ ਜਾਓ ਕਾਲਖ ਲਹਿੰਦੀ ਜਾਂਦੀ। ਬੰਦਾ ਸੋਚਦਾ ਕਾਲਖੇ ਦੇ ਅੰਦਰ ਹੈ, ਸਤਿਗੁਰੂ ਜੀ ਕਹਿੰਦੇ ਅੰਦਰ ਵਾਰ ਨਹੀਂ ਕਾਲਖੇ ਦੇ ਇਹਦੀ ਧਾਂਤ ਵਿੱਚ ਹੈ, ਉਹ ਜਿੰਨੀ ਵਾਰ ਧੋਵੇ ਨਿਕਲੀ ਜਾਣੀ ਹੈ। ਬੰਦਾ ਸੋਚਦਾ ਬਾਹਰੋਂ ਮੈਲ ਲੱਥੀ ਜਾਣੀ ਹੈ, ਮਾਰੇ ਮੈਲ ਤਾਂ ਅੰਦਰ ਹੈ ਇਹਦੇ। ਹੁਣ ਕਹਿ ਦੇ ਭਾਂਡੇ ਹੁੰਦੇ ਪਤਾ ਵੀ ਨਹੀਂ ਹੋਣਾ ਮੇਰਾ ਨਾਂ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤਾ, ਨਾ ਕਹਿ ਦੇ ਭਾਂਡੇ ਵਾਸਤੇ ਉਪਦੇਸ਼ ਹੀ ਹੈ। ਇਹ ਤਾਂ ਸਾਡੀ ਗੱਲ ਕਰ ਰਹੇ ਨੇ, ਕਹਿ ਦੇ ਭਾਂਡੇ ਦੀ ਉਦਾਹਰਣ ਲਈ ਹੈ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰ ਜੇ ਸੌ ਧੋਵਾਂ ਤਿਸ। ਸੱਜਣ ਨੂੰ ਇੰਝ ਲੱਗਾ ਆ ਬਾਬੇ ਨੂੰ ਕੌਣ ਦੱਸ ਗਿਆ ਸਾਰੀ ਗੱਲ, ਮੈਂ ਕਹਿ ਦੀ ਭਾਂਡੇ ਤਰ੍ਹਾਂ ਲਿਸ਼ਕਦਾ ਅੰਦਰ ਮੇਰੇ ਕਾਲਖ। ਅਸੀਂ ਸੋਚਦੇ ਸੱਜਣ ਦੀ ਗੱਲ ਕੀਤੀ, ਸਾਡੀ ਥੋੜ੍ਹਾ ਕੀਤੀ ਮਹਾਰਾਜ ਨੇ, ਸੱਜਣ ਨੂੰ ਕਹਿ ਗਿਆ ਮਹਾਰਾਜ, ਸਾਨੂੰ ਥੋੜ੍ਹਾ ਕਹਿ, ਅਸੀਂ ਤਾਂ ਬਚ ਗਏ। ਜਿੱਦਣ ਵੱਡੇ ਵੱਡੇ ਕੀਰਤਨ ਦਰਬਾਰਾਂ 'ਚ ਸਤਿਗੁਰ ਦੇ ਸ਼ਬਦ ਦੀ ਵਿਚਾਰ ਭਾਵੇਂ ਰਾਗੀ ਕਰੇ, ਮੈਂ ਕਹਿੰਦਾ ਕੋਈ ਕਰੇ, ਉਦਣ ਮਾਫ ਕਰਨਾ, ਪੰਜ ਪੰਜ ਰਾਗੀਆਂ ਦੀ ਬਜਾ ਕੇ ਆਪਾਂ ਕਹਿੰਦੇ ਇੱਕੋ ਹੀ ਰਾਗੀ ਜੱਥਾ ਹੋਵੇ, ਸਾਨੂੰ ਸ਼ਬਦ ਦੀ ਵਿਚਾਰ ਸੁਣਾਵੇ, ਅਸੀਂ ਇਹ ਨਾਲ ਲੈ ਕੇ ਜਾਈ। ਇਮਾਨਦਾਰ ਨਾਲ ਦੱਸੋ, ਪੰਜ ਪੰਜ ਜੱਥੇ ਆਉਂਦੇ ਨੇ, ਅਸੀਂ ਜਿੱਦਾਂ ਹੀ ਆਉਂਦੇ ਹਾਂ, ਬੋਲ ਕੇ ਦੱਸੋ ਇਮਾਨਦਾਰ ਨਾਲ ਜਿੱਦਾਂ ਆਉਂਦੇ ਹਾਂ। ਸੌਖੀ ਜਿਹੀ ਉਦਾਹਰਨ ਦਿੰਦਾ, ਘਰਵਾਲੀ ਅਤੇ ਘਰਵਾਲਾ ਲੜ ਰਹੇ ਆ, ਕੋਈ ਵਿਆਹ ਅਟੈਂਡ ਕਰਨਾ, ਘਰਵਾਲੀ ਕਹਿੰਦੀ ਆਪਾਂ ਤਾਂ ਜਾਣਾ ਹੀ ਜਾਣਾ, ਕਿ ਵੀ ਟਕਰਾਅ ਹੋ ਜਾਂਦਾ ਨਾ ਪਰਿਵਾਰਾਂ 'ਚ, ਰਿਸ਼ਤੇਦਾਰੀ 'ਚ ਕੋਈ ਲੜਕੀ ਦੇ ਪੇਕੇ ਪਰਿਵਾਰ ਦਾ ਆਨੰਦ ਕਾਰਜ ਹੋਵੇ ਅਤੇ ਬੰਦਾ ਵੇਰ ਜੇ ਵੀ ਮੈਂ ਨਹੀਂ ਜਾਣਾ, ਜਦੋਂ ਮੇਰੇ ਵਾਰੀ ਉਹ ਤਾਂ ਆਏਗੀ, ਉਹ ਘਰ 'ਚ ਐਨ ਤੈਸ਼ ਲੜਾਈ ਚੱਲਣ ਰਹੀ ਹੈ। ਮਹੱਲੇ ਵਾਲੇ ਕੀਰਤਨ ਦਰਬਾਰ ਦਾ ਸੱਦਾ ਪੱਤਰ ਦੇ ਆਏ ਵੀ ਸਾਡੇ ਕੀਰਤਨ ਦਰਬਾਰ ਪਹੁੰਚਿਓ ਜ਼ਰੂਰ, ਲੜਾਈ ਘਰ 'ਚ ਪੂਰੀ ਚੱਲਣ ਰਹੀ। ਅਗਲੇ ਕੀਰਤਨ ਦਰਬਾਰ 'ਚ ਆਣ ਕੇ ਅੰਦਰ ਸਮਾਗਮ ਹੋ ਰਿਹਾ ਹੈ, ਅੰਦਰ ਪਾਠ ਹੋ ਰਿਹਾ ਹੈ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਆਣ ਕੇ ਪਤੀ ਬੀਬੀਆਂ ਪਤਨੀ ਬੀਬੀਆਂ ਵਾਲੇ ਬੰਨੇ ਬਹਿ ਗਈ, ਪਤੀ ਬੰਦਿਆਂ ਵਾਲੇ ਬੰਨੇ ਬਹਿ ਗਏ। ਹੁਣ ਉਹਨਾਂ ਸਮਾਂ ਆਏ ਅੱਖਾਂ ਬੰਦ ਨੇ, ਐਂ ਲੱਗਦਾ ਆਨੰਦ ਆ ਰਿਹਾ। ਹੁਣ ਜਿਹੜੀ ਬਿਮਾਰੀ ਅੰਦਰ ਸੁਰਤ ਵਿੱਚ ਦੌੜ ਰਹੀ ਸੀ ਉਹਦਾ ਇਲਾਜ ਹੋ ਰਿਹਾ ਭਲਾ? ਉੱਥੇ ਬੈਠੇ ਐਂ ਸਿਰ ਮਾਰੀ ਜਾਣਾ, ਹਾ 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 ਹਾ। ਪਤਨੀ ਵੀ ਸੋਚਦੀ ਵੀ ਸ਼ਾਇਦ ਹੁਣ ਗੱਲ ਬਣ ਜਾਣੀ ਹੈ, ਹੁਣ ਜਦੋਂ ਘਰ ਜਾ ਗੱਲ ਕਰਨੀ ਆ ਨਾ,
ਹੁਣ ਸੂਤਰ ਆ ਜਾਣਾ ਕੰਮ। ਪਰ ਜਿਹੜੀ ਘਰ ਦਾ ਕਲੇਸ਼ ਹੈ ਨਾ, ਉਹ ਉੱਥੇ ਖਲੋਤਾ ਹੈ, ਉਹ ਵਿਚਾਰਿਆ ਹੱਲ ਹੋਣਾ ਹੈ, ਉਹ ਕੁਝ ਆਪ ਬਦਲਿਆ ਹੋਣਾ, ਕੁਝ ਅਗਲਾ ਬਦਲੇ, ਮਸਲੇ ਕਾਰਜਕਾਰਾਂ 'ਚ ਹੱਲ ਹੋ ਜਾਣੇ ਨੇ। ਅਸੀਂ ਜਿਹੜੀ ਬਿਪਤਾ ਤੋਂ ਮਾਰੇ ਹਾਂ ਨਾ, ਉਹ ਬਿਪਤਾ ਜਿਹੜੀ ਗੱਲ ਭਾਈ ਗੁਰਦਾਸ ਨੇ ਲਿਖੀ ਹੈ ਵੀ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ ਤਾਂ ਜਾਊ ਮਾਇਆ ਵਿਆਪੇ ਕਹਾਂ ਠਹਿਰਾਈ ਹੈ। ਇੱਥੇ ਤਾਂ ਇਲਾਜ ਕਰਾਉਣ ਆਉਣਾ, ਅਗਲੇ ਇੱਥੇ ਵੀ ਸਾਡੀਆਂ ਅੱਖਾਂ ਵਾ, ਇੱਥੇ ਤਾਂ ਅੱਖਾਂ ਖੋਲਣੀਆਂ ਵਾ, ਸਾਨੂੰ ਇੱਥੇ ਕਹੀ ਜਾਂਦੇ ਅੱਖਾਂ ਬੰਦ ਕਰ ਲਓ ਭਾਈ, ਇੱਥੇ ਤਾਂ ਅੱਖਾਂ ਖੋਲਣੀਆਂ ਵਾ, ਬਾਣੀ ਅੱਖਾਂ ਖੋਲਦੀ ਆ। ਅਤੇ ਆਪਾਂ ਇਹਦਾ ਮੁਹਾਵਰਾ ਵੀ ਪੜ੍ਹਿਆ, ਜਦੋਂ ਕੋਈ ਕਿਸੇ ਬੰਦੇ ਨੂੰ ਆਪਾਂ ਸੁਚੇਤ ਕਰੀਏ ਤਾਂ ਉਦੋਂ ਸਮਝੇ ਨਾ, ਬਾਅਦ ਵਿੱਚ ਦਾਦੀ ਨਹੀਂ ਪਿਓ ਨੂੰ ਆਉਂਦੀ, ਕਹਿੰਦੀ ਹੁਣ ਅੱਖਾਂ ਖੁੱਲੀਆਂ ਨਾ, ਜਦੋਂ ਮੈਂ ਕਹਿੰਦੀ ਸੀ ਉਦੋਂ ਪਤਾ ਲੱਗ ਗਿਆ ਨਾ, ਹੁਣ ਹੁਣ ਪਤਾ ਲੱਗਾ ਨਾ, ਜੇ ਪਹਿਲਾਂ ਖੋਲ੍ਹ ਕੇ ਬਹਿੰਦਾ ਤੂੰ, ਜੇ ਪਹਿਲਾਂ ਸੁਚੇਤ ਹੁੰਦਾ, ਆਹ ਦਿਨ ਤੈਨੂੰ ਪੁੱਤ ਨਾ ਦੇਖਣੇ ਪੈਂਦੇ। ਸਤਿਗੁਰੂ ਜੀ ਸਾਡੀ ਅੰਦਰ ਦੀ ਅੱਖ ਖੋਲ੍ਹਦੇ ਨੇ, ਸੁਰਤ ਜਗਾਉਂਦੇ ਨੇ, ਸਾਡੀ ਸਾਡੇ ਅੰਦਰ ਜਾਗਰਤੀ ਲੈ ਕੇ ਆਉਂਦੇ ਨੇ ਵੀ ਤੂੰ ਆਪ ਆਪਣੀ ਜ਼ਿੰਦਗੀ ਦੇ ਫੈਸਲੇ ਕਰ, ਜ਼ਿੰਦਗੀ ਵਿੱਚ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ। ਹੁਣ ਕਿੱਡੀ ਪਿਆਰੀ ਗੱਲ ਕਹੀ, ਕਹਿੰਦੇ ਪੋਥੀ ਪੁਰਾਣ ਕਮਾਈ ਹੈ, ਜੋ ਸਤਿਗੁਰੂ ਜੀ ਕਹਿੰਦੇ ਇਹਨੂੰ ਕਮਾ, ਚੇਤਾ ਰੱਖ, ਗੁਰੂ ਜੀ ਆਹ ਕਹਿੰਦੇ ਮੈਂ ਆਹ ਕਰਨਾ, ਗੁਰੂ ਦਾ ਉਪਦੇਸ਼ ਹੈ ਮੈਂ ਇੱਦਾਂ ਕਰਦਾ, ਪੋਥੀ ਪੁਰਾਣ ਕਮਾਈ ਹੈ ਭਾਉ ਵੱਟੀ। ਅੱਛਾ ਸਾਧ ਸੰਗਤ, ਡਾਕਟਰ ਨੇ ਕਿਹਾ ਮਿੱਠਾ ਨਾ ਖਾਇਆ ਕਰ, ਤੈਨੂੰ ਸ਼ੂਗਰ ਹੈ, ਚੇਤਾ ਤਾਂ ਆ ਹੀ ਜਾਂਦਾ ਇਹਨੂੰ ਮਿੱਠਾ ਖਾਣ ਲੱਗਦਾ, ਆਉਂਦਾ ਕਿ ਨਹੀਂ? ਅਤੇ ਫਿਰ ਜਿੱਥੇ ਦੋ ਗੁਲਾਬ ਜਾਮੁਨ ਖਾਣੇ ਕਿੰਨੇ ਖਾਂਦਾ, ਫਿਰ ਅੱਧਾ, ਕਹਿੰਦਾ ਚਲੋ ਤੁਹਾਡੀ ਵੀ ਰੱਖ ਲੈਣਾ, ਚਲੋ ਕੰਟਰੋਲ ਤਾਂ ਕੀਤਾ ਨਾ ਡੇਢ 'ਤੇ, ਤੂੰ ਤਾਂ ਇੱਥੇ ਤਾਂ ਉਹ ਵੀ ਨਹੀਂ ਕਰਦਾ, ਡਾਕਟਰ ਦੀ ਗੱਲ ਮੰਨ ਕੇ ਡੇਢ 'ਤੇ ਕੰਟਰੋਲ ਕਰ ਹੀ ਗਿਆ ਨਾ, ਉਹ ਵੀ ਅੱਧਾ ਵੀ ਨਹੀਂ ਸੀ ਤੂੰ ਖਾਣਾ, ਪਰ ਕੁਰਮਾ ਨੇ ਜ਼ੋਰ ਲਾਇਆ ਤੁਹਾਡੇ ਲਈ ਬਣਾਏ ਨੇ, ਖਾ ਲਓ ਨਾ, ਕੁਝ ਨਹੀਂ ਹੁੰਦਾ, ਪਰਹੇਜ਼ ਕਰ ਲਿਓ, ਖਾ ਲੈਂਦੇ ਆ ਨਾ, ਡੇਢ 'ਤੇ ਪਰਹੇਜ਼ ਕਰ ਹੀ ਲਿਆ ਨਾ, ਉੱਦਾਂ ਦੋ ਖਾ ਜਾਣੇ ਸੀ, ਗੁਰੂ ਦੀ ਗੱਲ 'ਤੇ ਪਰਹੇਜ਼ ਕੀਤਾ, ਗੁਰੂ ਦਾ ਉਪਦੇਸ਼ ਇੱਦਾਂ ਚੇਤਾ ਰਿਹਾ ਜਦੋਂ ਤੂੰ ਸਮਾਜ ਵਿੱਚ ਵਿਚਰਦਾ, ਬਾਣੀ ਪੜ੍ਹ ਕੇ ਮੈਂ ਸਮਾਜ ਵਿੱਚ ਲਾਗੂ ਕਰਨੀ ਹੈ, ਜਿਹੜਾ ਮੈਂ ਉਪਦੇਸ਼ ਪੜ੍ਹਦਾ ਇਹਨੂੰ ਆਪਣੇ ਪਰਿਵਾਰ 'ਤੇ। ਹੁਣ ਲਿਖਿਆ ਕਿੱਡਾ ਪਿਆਰਾ ਬਚਨ ਹੈ ਜੀ, ਗੁਰ ਕੈ ਗਰੇ ਸੇਵਕ ਜੋ ਰਹੇ, ਗੁਰ ਕੀ ਆ ਗਿਆ, ਇਹਦਾ ਕੀ ਅਰਥ ਹੈ? ਜਿੱਦਣ ਜਿੱਦਣ ਇਹ ਭੁਲੇਖਾ ਨਿਕਲਿਆ ਨਾ ਵੀ ਇਕੱਲਾ ਆਹ ਗੁਰੂ ਦਾ ਘਰ ਨਹੀਂ ਹੈ, ਇੱਥੇ ਹੁਣ ਵੇਖੋ ਤੁਸੀਂ, ਅਸੀਂ ਜੋੜੇ ਚੁੱਕਦੇ ਹਾਂ, ਇੱਦਾਂ ਝਾੜਦੇ ਹਾਂ, ਮੱਥੇ ਨੂੰ ਲਾਉਂਦੇ ਹਾਂ, ਕਈ ਵਾਰ ਮਾਲ ਲਿਆਉਂਦੇ ਹੁੰਦੇ ਕਰੋ, ਇੱਦਾਂ ਐਂ ਸਾਫ਼ ਕਰਦੇ ਜਾਣਗੇ, ਘਰੋਂ ਲੜਦੇ ਆ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਦਾ ਮੁਕੱਦਮਾ ਕੀਤਾ ਅਤੇ ਜੋੜਾ ਚੁੱਕ ਕੇ ਉਹਦਾ ਮੱਥੇ ਨੂੰ ਲਾਇਆ ਜਾ ਰਿਹਾ, ਦੂਜਾ ਹੱਸ ਰਿਹਾ ਵੀ ਬਾਹਰੋਂ ਜੁੱਤੀ ਉਹ ਜੁੱਤੀ ਹੁੰਦੀ, ਇੱਥੇ ਜੋੜੇ ਚੁੱਕ ਚੁੱਕ ਕੇ ਮੱਥੇ ਨੂੰ ਲਾਈ ਜਾਂਦੇ ਹੋ, ਜੁੱਤੀਆਂ ਚੁੱਕ ਚੁੱਕ ਜਾਂਦੇ, ਡੱਬੀ ਲਿਆਵੇ ਪੂਰੀ ਪੋਲਿਸ਼ ਕਰੇ ਲਿਸ਼ਕਾਵੇ ਤਾਂ ਤਾਂ ਗੱਲ ਫੱਬਦੀ ਵੀ ਹੈ, ਇੱਦਾਂ ਜੁੱਤੀਆਂ ਚੁੱਕ ਚੁੱਕ ਕੇ ਮੱਥੇ ਨੂੰ ਲਾਈ ਜਾਣੀ ਆ ਵੀ ਸ਼ਾਇਦ ਇਹਦੇ ਨਾਲ ਗੱਲ ਬਣ ਜਾਏ, ਜੇ ਇੱਦਾਂ ਗੱਲ ਬਣਦੀ ਹੁੰਦੀ ਨਾ ਸਤਿਗੁਰੂ ਨੂੰ ਏਡਾ ਵੱਡਾ ਖਜ਼ਾਨਾ ਗੁਰਬਾਣੀ ਦਾ ਲਿਖਣ ਦੀ ਲੋੜ ਨਹੀਂ ਸੀ ਪੈਣੀ, ਨਹੀਂ ਸੀ ਲੋੜ ਪੈਣੀ, ਸਤਿਗੁਰੂ ਨੇ ਲਿਖਿਆ ਉਪਦੇਸ਼ ਇਸੇ ਕਰਕੇ। ਹੁਣ ਹੋ ਕੀ ਰਿਹਾ, ਅਸੀਂ ਬਾਹਰੀ ਤੌਰ 'ਤੇ ਬਹੁਤ ਕੁਝ ਕਰਦੇ ਹਾਂ ਵੀ ਪਤਾ ਲੱਗ ਜਾਏ ਦੁਨੀਆ ਨੂੰ ਵੀ ਸ਼ਾਇਦ ਮੈਂ ਬਹੁਤ ਵੱਡਾ ਧਰਮੀ ਹਾਂ, ਸਤਿਗੁਰੂ ਜੀ ਕਹਿੰਦੇ ਇੱਦਾਂ ਨਹੀਂ, ਕਮਾਉਣ ਦਾ ਅਰਥ ਹੈ ਉਹਨੂੰ ਚੇਤਾ ਰੱਖ, ਜਦੋਂ ਤੂੰ ਬੇਈਮਾਨੀ ਠੱਗੀ ਕਰਦਾ ਉਦੋਂ ਸੁਰਤ ਵਿੱਚੋਂ ਸ਼ਬਦ ਨੂੰ ਲੈ ਕੇ ਆ, ਉਹ ਤੇਰੇ ਮਨ ਦੀ ਅਗਵਾਈ ਕਰੇ ਵੀ ਮਨ ਆਹ ਕਹਿੰਦਾ। ਹੁਣ ਜਿਵੇਂ ਬਾਬੇ ਫਰੀਦ ਜੀ ਨੇ ਕਿਹਾ ਵੀ ਕੰਨੀ ਬੁੱਝੇ ਦੇ ਰਹਾਂ ਕਿਤੀ ਵਗੈ ਪੌਣ, ਫਰੀਦਾ ਇਹ ਤਨ ਭੌਂਕਣਾ, ਇਹ ਤਨ ਤਾਂ ਕੁੱਤਾ ਹੈ, ਨਿਤ ਨਿਤ ਦੁਖੀ ਹੈ ਕੌਣ, ਜੇ ਮੈਂ ਇਹਦੇ ਪਿੱਛੇ ਲੱਗਾ ਮੈਂ ਤਾਂ ਰੋਜ਼ ਦੁਖੀ ਹੋਵਾਂ, ਤਨ ਪੈਰ ਕਹਿੰਦੇ ਵਧੀਆ ਜੁੱਤੀ ਲਿਆ, ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ, ਕਦੇ ਚੋਰੀ ਕਰ ਲਿਆ, ਠੱਗੀ ਮਾਰ ਲਾ ਸਾਰੀ ਜ਼ਿੰਦਗੀ, ਇਮਾਨਦਾਰੀ ਦਾ ਤੂੰ ਵੀ ਠੇਕਾ ਲਿਆ, ਮਨ ਤੇ ਇਹਦਾ ਕਹਿੰਦਾ ਇਹ ਤਨ, ਪੜੋ ਜੀ ਇਹ ਤਨ ਭੌਂਕਣਾ, ਭੌਂਕਣਾ ਕਹਿੰਦੇ ਕੁੱਤੇ ਨੂੰ, ਤੇ ਨਿਤ ਨਿਤ ਦੁਖੀ ਹੈ ਕੌਣ, ਜੇ ਮੈਂ ਸਰੀਰ ਤੇ ਮਨ ਪਿੱਛੇ ਲੱਗਾ ਮੈਂ ਤਾਂ ਰੋਜ਼ ਹੀ ਦੁਖੀ ਹੋਵਾਂ। ਬਾਬਾ ਫਰੀਦ ਜੀ ਕਹਿੰਦੇ ਕੰਨੀ ਬੁੱਝੇ ਦੇ ਰਾਂ, ਮੈਂ ਤੇ ਕੰਨਾਂ 'ਚ ਰੂੰ ਦੇ ਤੂੰਬੇ ਦੇ ਲੈ, ਮੈਂ ਸਰੀਰ ਨੂੰ ਕਿਹਾ ਭੌਂਕੀ ਜਾ, ਤੇਰੀ ਨਹੀਂ ਸੁਣਨੀ, ਮੈਂ ਤਾਂ ਰੱਬ ਦੀ ਸੁਣਦਾ। ਆਪਾਂ ਕਹਿੰਦੀ ਸੁਣਦੇ ਜੀ ਭਲਾ ਬੋਲਿਓ, ਉਹ ਬੋਲੋ ਪਿਆਰੇ, ਇਹ ਤਾਂ ਜਵਾਬ ਹੀ ਬੜਾ ਸੌਖਾ, ਮਨ ਦੀ ਤਨ ਦੀ ਸਿੱਧਾ ਹੀ ਕਹੋ, ਜਵਾਬ ਹੀ ਹੈ, ਕਿਹਦੀ ਸੁਣਦੇ ਆ ਜੀ, ਮਨ ਦੀ। ਹੁਣ ਦੁਖੀ ਵੀ ਤਾਂ ਹੀ ਹੋ ਰਿਹਾ ਸੁਣਦੇ ਉਹਦੀਆਂ, ਕੰਮ ਸਾਰੇ ਦੁੱਖਾਂ ਵਾਲੇ ਕਰ ਰਹੇ ਆ, ਤੇ ਮਹਾਰਾਜ ਅੱਗੇ ਅਰਦਾਸਾਂ ਕਰੀ ਜਾਂਦੇ, ਜਿਵੇਂ ਬੰਦਾ ਦਵਾਈ ਸਾਰੀ ਉਲਟੀ ਪੁਲਟੀ ਖਾਈ ਜਾਵੇ, ਪਰਹੇਜ਼ ਕਰੇ ਨਾ ਤੇ ਡਾਕਟਰ ਅੱਗੇ ਖਲੋ ਕੇ ਕਰੀ ਜਾਵੇ ਤੰਦਰੁਸਤੀ ਬਖਸ਼ੋ ਜੀ, ਡਾਕਟਰ ਕਹੇ ਇੱਦਾਂ ਥੋੜਾ ਗੱਲ ਬਣੀ, ਦਵਾਈ ਖਾ ਟਾਈਮ ਨਾ, ਅਸੀਂ ਤਾਂ ਮਹਾਰਾਜ ਦੀ ਡਿਊਟੀ ਲਾਈ ਜਾਂਦੇ, ਮਹਾਰਾਜ ਜੀ ਤੰਦਰੁਸਤੀ, ਮਹਾਰਾਜ ਕਹਿੰਦੇ ਤੰਦਰੁਸਤੀ ਇੱਦਾਂ ਥੋੜਾ ਗੱਲ ਬਣਨੀ ਹੈ, ਦਵਾਈ ਖੜੀ ਸੀ ਪਰਹੇਜ਼ ਨਾ ਖਾ ਗੱਲ ਬਣ ਜੂਗੀ, ਅਸੀਂ ਤਾਂ ਸਾਰਾ ਕਰ ਕਰਾ ਕੇ ਡਿਊਟੀ ਮਹਾਰਾਜ ਦੀ ਲਾ ਦਿੰਦੇ ਹਾਂ, ਸਾਰਾ ਕੁਝ ਕਰ, ਮਹਾਰਾਜ ਜੀ ਸਰਬੱਤ ਦਾ ਭਲਾ ਕਰੋ, ਅਤੇ ਜੇ ਮਹਾਰਾਜ ਕਿਉਂ ਕਹਿਣਾ ਮੈਨੂੰ ਇੱਕ ਕੰਮ ਦੱਸ ਦੇ ਜਿਹੜਾ ਮੈਂ ਬੁਰਾ ਕੀਤਾ ਹੋਵੇ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਲੋਕ ਕੀ ਕਹਿੰਦੇ ਜੀ, ਮਹਾਰਾਜ ਸਰਬੱਤ ਦਾ ਭਲਾ ਕਰੋ, ਮਹਾਰਾਜ ਕਹਿੰਦੇ ਚਾਰ ਪੁੱਤ ਸੀ ਉਹ ਵੀ ਵਾਰਤੇ,
माता तुहाडे तो वारती, आनंदपुर शहर तुहाडे लई छड़ता। 9 साल की उम्र च पिता दिल्ली चले गए, शहादत दा जंब, पिता का सीस अपनी झोली पाया। कले कले गुरु साहब जी इदा सानू कहण, एक काम दसो सतगुरु सभना का भला मना जा। कहना तो यह सी दाता तुसीं बड़ा पार उपकार किया, अज तो बाद मैनू पार उपकार करन दी समर्था बख्शिश करो, ताकत बख्शो, मैं भी भला कर सकां। भी सारी ड्यूटी महाराज की है, महाराज तो पहले का चेता कराने की लोड़ है महाराज नूं, वो तो पहले ही कर रहे हैं। इतने महाराज नूं इह तां इदां जिवें डॉक्टर नूं कहण दी लोड़, डॉक्टर नूं जाके डॉक्टर साहब जी तंदुरुस्ती बख्शो, देह रोगता बख्शो, कहेगा देह रोगता मैं थोड़ा बख्शनी, दवाई लै गया घर जाके खा, टाइम ना परहेज कर। हुण सतगुरु जी ने आख्या, पोथी प्राण कमाई है, पाओ वट्टी ए तन पाई है, सच बूझण आण जलाई है, ए तेल दीवा इउं जलै कर चानण साहिब तौ मिले। इदां चानण कर ला, चानण करेगा हनेरे च ना कोल खलोता बंदा भी नहीं दिसदा, रब कितें दूर थोड़ा, हनेरा ही बड़ा कीता पिया तू, जिदन चानण हो गया तेनों सामने दे पड़ा इत्थे। अच्छा महाराज तुसीं इत्थे खलोते सी, हनेरा कहदा कर्मकांडां दा, बेईमानियां दा, ठगियां दा, जिन्हू लिखिया है अंधकार सुख कबे ना सोई है, राजा रंक दो मिल रोई है। शब्द का पहला बंद, अशाल शालाई नैशल है, शाल कहिंदे शलना, किसे नाल धोखा करना, अशाल कहिंदे ने जिहड़ी ना छली जाण वाली माया, अशाल है माया, सारिआं नूं छलदी पर माया नूं कोई नहीं छल सकदा। अशाल शलाई नैशल है, नह घाओ कितारा कर सके, माया नूं कोई जख्मी नहीं कर सकता, कोई तलवार इदां दी नहीं बनी जिहड़ी माया नूं जख्मी कर सके, वढ सके। ज्यों साहिब राखे त्यों रहे, यह मार्ग का निजम है, जिथे सच की विचार का उपदेश होएगा, जिथे सच की विचार होएगी, ज्यों साहिब राखे त्यों रहे, जिथे सच की विचार है नहीं उथे लोभी का जीव टल पल है, उथे लोभी का जिहड़ी जिंदगी का दीवा ना वह टल पलेगा, बुझण पवेगा। जिथे सच की विचार नहीं होएगी दीवा बुझना ही बुझना, यह साहिब का निजम है। हुण मारो ध्यान, नाल नाल इतिहास सतगुरु की बाणी की व्याख्या करता है, समझाता है, माया सारिआं नूं छलदी है ना, माया की है, आ करंसी माया नहीं है, पैसा माया नहीं है। जे आपां कहांगे माया त्यागी सतगुरु की, तो त्यागी ने, हुण जिवें भगत रविदास का वचन नहीं पढ़ते आपां, गुरु अर्जन साहब की रसना तो उच्चारण किया, भी रविदास ढुवंता ढोर नीत, तीन त्यागी माया कि वह पशुआं की खल लाउण तो बाद जदों वेचदे होणगे की आंदे होणगे, पैसे की लोड़ नहीं, जे इदा कहिंदे होणगे परिवार रोटी कित्थों खांदा होएगा, फिर उन्होंने आप भीख मंगनी पैंदी होएगी, फिर खल ला के पैसे तो लेंदे होणगे। माया कहिड़ी, माया वह चीज़ है जिहड़ी सच दे रस्ते च रुकावट है, वह पुत्र हो सकदा, वह धी हो सकदी, वह पत्नी हो सकदी, वह फैक्टरी हो सकदी, वह दुकान हो सकदी, वह तेरी जमीन हो सकदी, सब कुछ त्यागण तो बाद तेरी होमे भी हो सकदी। ये माया, आ डेफिनेशन है माया की, यह माया पढ़ो एक बार, ये माया जित हार जेड़ी तेन सच तो तोड़ी है माया है, आपे सावला कि हम आप कहोंगे पुत्र आम आम यो धार्मिक चीजा तो सुन लगा पुत्र तिया मोह माया पाई छड़ो, तो कलगीधर पातशाह के चारे साहबजादे से इंज कहना पौगा, माया माया सारे छलदी है, कोई माया छल सकता, हाँ माया के चीथड़े उड़ते किसी ने वेखने, तो सुरत चमकौर साहब की गढ़ी लै जाओ, माया दियां बोटियां होंदियां किसी ने वेखणियां, ते सुरत मीर मनु दी जेल च लै जाओ, लोग पुत्रां बदले सकियां भरावां नाल ठगियां मार दिया, इत्थे असूलां ते तुरन वालियां मावां भैणां ने अपने बच्चियां दे निके निके टुकड़े करवा के गलां विच हार पवा ले। माया नूं लीरो लीर किसी ने हुंदे वेखणा, सुरत उन्हां भैणां दे कोल लै जाओ जिन्हां दा नां अरदास विच लिखे ने, जिन्हां सिंघां सिंघणियां धर्म हेत सीस दित्ते, माया नूं छलिया, माया दुनिया नूं छलदी आई सी। माधोदास वैरागी बंदा सिंह बहादुर 4 साल 7 महीने का बेटा, धरती से लम्मा पा के दिल बाहर कढ़ के बाप के मूँह छुवाया गया, आओ जे किसी ने माया के चीथड़े उड़ते वेखने तो सुरत चांदनी चौंक में लै जाओ, माया छलदी आई सी सारे। एक दशरथ थोड़ा भी राम नूं वेख के 14 साल बाहर आपे ही घल्लिया, आपे विछोड़ा नहीं जरिया गया, यह सच्चाई है, इहनू इहनू हजम करना पैना, इतने 14 साल बाद वापस आना है, फिर भी सदमा नहीं जरिया गया, इतने पता है अजीत सिंह एक बार मेरे को जा रहा मुड़ के आना नहीं, पुत्र है आ फर्क है, उधर भगवान खवाया जा रहा है, इतने रब वी खवाया जा रहा है, इतने कह मैं मालिक का बच्चा हाँ,
ਇਹ ਨਹੀਂ ਕਿਹਾ ਮੈਂ ਰੱਬ ਆ। ਇੱਥੇ ਉਹ ਜੋਤ ਨਾ ਜਿਹੜੀ ਕਹਿੰਦੀ ਮੈਂ ਤੇਰਾ ਮਾਲਕ ਜੀ ਤੇਰਾ ਕੀਤਾ ਜਾਤੋ ਨਾਹੀਂ। ਮੈਨੂੰ ਜੋਤ ਉਹੀ ਹੈ ਨਾ ਜਿਹੜੀ ਇਹ ਗੱਲ ਕਰੀ ਵੀ ਤੇਰੇ ਕੀਤੇ ਨੂੰ ਮੈਂ ਤਾਂ ਜਾਣ ਵੀ ਨਹੀਂ ਸਕਿਆ, ਮੈਂ ਅਸੀਂ ਉਗਣਾ ਨਾ ਭਰੇ ਪਿਆ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ। ਇੱਥੇ ਉਹ ਜੋਤ ਕਰੀ ਮੇਰੇ ਚ ਗੁਣ ਕੋਈ ਨਹੀਂ ਹੈਗਾ, ਤੇ ਪੁੱਤਰ ਦੀ ਲਾਸ਼ ਵੇਖ ਕੇ ਜਕਾਰੇ ਛੱਡੇ ਜਾ ਰਹੇ ਨੇ ਜਿਹਨਾਂ ਨੂੰ ਦੁਨੀਆ ਨੇ ਭਗਵਾਨ ਕਹਿ ਕੇ ਪੂਜਿਆ ਹੈਗੇ ਜੁਗਾਂ ਜੁਗਾਂ ਕੇ ਰਾਜੇ ਕੀ ਇਹ ਗਾਵੇਂ ਕਰ ਅਵਤਾਰੀ। ਇਹ ਤਾਂ ਸੰਧੀ ਸੀ, ਬਿਪਰ ਦੀ ਸੰਧੀ ਸੀ। ਬਿਪਰ ਨੂੰ ਵੀ ਪਤਾ ਸੀ ਤੂੰ ਰਾਜਾ ਹੈ, ਤੈਨੂੰ ਦੁਨੀਆ ਸਾਹਮਣੇ ਭਗਵਾਨ ਬਣਾ ਕੇ ਮੈਂ ਪੇਸ਼ ਕਰਾਂਗਾ, ਪਰ ਇਹ ਕੰਮ ਤੈਨੂੰ ਕਰਨਾ ਪਊ। ਕਹਿੰਦਾ ਕੀ ਜਦੋਂ ਮੈਂ ਤੇਰੇ ਦਰਬਾਰ ਜਾਵਾਂ ਪੈਰ ਤੈਨੂੰ ਮੇਰੇ ਧੋਣੇ ਪੈਣਗੇ। ਇਹ ਸੰਧੀ ਸੰਧੀ ਜਦੋਂ ਰਾਜ ਦੇ ਦਰਬਾਰ ਚ ਬ੍ਰਾਹਮਣ ਜਾਂਦਾ ਸੀ ਉਹਦੇ ਚਰਨ ਚੁੰਮਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਭਗਵਾਨ ਵੀ ਬ੍ਰਾਹਮਣ ਦੀ ਮਰਜ਼ੀ ਤੋਂ ਬਿਨਾਂ ਦੁਨੀਆ ਤੇ ਨਹੀਂ ਆ ਸਕਦਾ। ਉਹ ਹੀ ਵਿਪਰਗਿਰੀ ਦਾ ਅੱਜ ਵੀ ਪ੍ਰਭਾਵ ਪਾ ਰਹੀ ਹੈ ਸਾਡੇ ਤੇ। ਗੁਰੂ ਤੋਂ ਡਰ ਨਹੀਂ ਉਹਨਾਂ ਜਿਹਨਾਂ ਡੇਰੇਦਾਰ ਤੋਂ ਡਰ ਹੈ। ਵਿਪਰ ਤੇ ਉਹੀ ਆ, ਉਹ ਬੋਧੀ ਵਾਲਾ ਸੀ ਇੱਥੇ ਪਰਨਾ ਆ ਗਿਆ, ਉੱਥੇ ਧੋਤੀ ਸੀ ਇੱਥੇ ਕਛਹਿਰੇ ਆ ਗਏ ਨੇ ਲੰਬੇ ਲੰਬੇ। ਵਿਪਰ ਤੇ ਉਹੀ ਹੈ, ਇਸੇ ਵਿਪਰ ਨੂੰ ਤੇ ਅੱਜ ਖਤਰਾ ਹੈ ਵੀ ਜਦੋਂ ਰੁਮਾਲੇ ਥੱਲੇ ਉਹ ਸਿੱਖ ਨੇ ਆਪ ਬਾਣੀ ਪੜ੍ਹਨੀ ਸ਼ੁਰੂ ਕੀਤੀ, ਜਿਹਨੇ ਇੱਕ ਓਂਕਾਰ ਇੱਕ ਵਾਰ ਖੁਦ ਪੜ੍ਹ ਕੇ ਸੁਰਤ ਚ ਟਿਕਾ ਲਿਆ ਨਾ, ਉਹ ਨਾ ਮੇਰੇ ਪੈਰਾਂ ਅੱਗੇ ਮੱਥਾ ਟੇਕਿਆ, ਉਹਨੇ ਨਾ ਮੇਰੇ ਅੱਗੇ ਸਿਰ ਚੁਕਾਇਆ। ਉਹੀ ਤੇ ਚਾਹੁੰਦਾ ਪਾਪ ਲੱਗੂ, ਗੁਨਾਹ ਹੋ ਜੂ। ਸਾਡਾ ਗੁਨਾਹ ਇਹ ਹੈ ਅਸੀਂ ਕਹਿੰਦੇ ਖੁਦ ਪੜ੍ਹੋ, ਫੈਸਲਾ ਆਪ ਕਰੋ, ਸਾਡੇ ਤੇ ਕਿਉਂ ਰਹਿੰਦੇ ਹੋ ਤੁਸੀਂ ਭਾਈ? ਹੋ ਸਕਦਾ ਅਸੀਂ ਗਲਤ ਬੋਲਦੇ ਹੋਈਏ, ਤੁਸੀਂ ਪੋਥੀਆਂ ਕਰਕੇ ਰੱਖੋ ਤੇ ਗਰੰਟੀ ਹੈ, ਇੰਨਾ ਕੁ ਵਿਸ਼ਵਾਸ ਹੈ। 250-300 ਅੰਕ ਤੱਕ ਜਾਂਦਿਆਂ ਜਾਂਦਿਆਂ ਫੈਸਲਾ ਆਪੇ ਕਰ ਲੈਣਾ, ਸਾਰੀ ਜ਼ਿੰਦਗੀ ਹਨੇਰੇ ਢਾਉਂਦੇ ਰਹੇ, ਬਾਣੀ ਕੁਝ ਹੋਰ ਕਹਿੰਦੀ ਅਸੀਂ ਕੁਝ ਹੋਰ ਕਰਦੇ ਰਹੇ, ਬਸ ਆਹ ਹੀ ਗੁਨਾਹ ਹੈ। ਜਿੰਨੇ ਵੀ ਤੱਤ ਗੁਰਮਤ ਦੇ ਪ੍ਰਚਾਰਕ ਉਹਨਾਂ ਦਾ ਗੁਨਾਹ ਇਹੋ ਹੀ ਹੈ। ਉਹ ਕਹਿੰਦੇ ਖੁਦ ਪੜ੍ਹੋ ਭਾਈ, ਕੋਈ ਪਾਪ ਨਹੀਂ ਲੱਗਦਾ, ਖੁਦ ਪੜ੍ਹੋ, ਖੁਦ ਵਿਚਾਰੋ, ਖੁਦ ਸਮਝੋ ਆਪਣੇ ਘਰ ਲਿਟਰੇਚਰ, ਬਾਕੀ ਕੁਝ ਬਹੁਤ ਕੁਝ ਆਪਣੇ ਘਰ ਰੱਖਿਆ ਨਾ, ਲਿਟਰੇਚਰ ਵੀ ਰੱਖੋ, ਲਾਇਬ੍ਰੇਰੀਆਂ ਵੀ ਬਣਾ ਕੇ ਰੱਖੋ, ਖੁਦ ਪੜ੍ਹੋ। 12 ਬਣਾਈਆਂ ਨੇ ਕਈਆਂ ਨੇ ਆਪਣੇ ਘਰਾਂ 'ਚ, ਜਦੋਂ ਕੋਠੀ ਬਣਦੀ ਪਹਿਲਾਂ ਹੀ 12 ਬਣਾਉਂਦੇ ਆ, ਐਂ ਸੀਸੇ ਲਾਉਂਦੇ, ਬੋਤਲਾਂ ਦੇ ਸਾਨੂੰ ਦੂਰੋਂ ਪਏ ਨੂੰ, ਇਹ ਬਹੁਤ ਮਹਿੰਗੀ ਹੈ, ਇਹ ਸਿਰਫ ਕੁੜਮਾਂ ਦੇ ਆਇਆਂ ਪਿਆਈ ਦੀ ਹੈ, ਇੱਦਾਂ ਨਹੀਂ ਬਣਾਉਂਦੇ ਕਈ। ਅਤੇ ਕਿਤੇ ਪੋਥੀਆਂ ਵੀ ਰੱਖ ਆਪਣੇ ਘਰ 'ਚ, ਤੇਰੇ ਟੇਬਲ 'ਤੇ ਜਦੋਂ ਘਰ ਤੋਂ ਬੈਠਾ ਹੋਵੇਂ ਮੈਗਜ਼ੀਨ ਪਏ ਹੋਣ, ਕਿਤਾਬਾਂ ਪਈਆਂ ਹੋਣ, ਅਗਲੇ ਨੂੰ ਪਤਾ ਲੱਗੇ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਵੈਸੇ ਨਾ ਤਸਵੀਰਾਂ ਤੋਂ ਅੰਦਾਜ਼ਾ ਲੱਗ ਜਾਂਦਾ ਬੰਦਾ ਕਿਹਨੂੰ ਮੰਨਦਾ। ਘਰ ਜਾਓ ਨਾ, ਵੱਡੀਆਂ ਵੱਡੀਆਂ ਬਾਬਿਆਂ ਦੀਆਂ ਤਸਵੀਰਾਂ ਕਈਆਂ ਦੇ ਘਰ 'ਚ ਲੱਗੀਆਂ ਹੁੰਦੀਆਂ, ਕਈਆਂ ਨੇ ਤਾਂ ਛੱਡਿਆ ਕੁਝ ਨਹੀਂ ਹੁੰਦਾ, ਇੱਕ ਬੰਨੇ ਦੇਵੀ ਲਟਕਾਈ ਹੁੰਦੀ ਹੈ, ਇੱਕ ਬੰਨੇ ਬਾਬਾ ਲਮਕਾਇਆ ਹੁੰਦਾ, ਇੱਕ ਬੰਨੇ ਬਾਬੇ ਨਾਨਕ ਦੀ ਫੋਟੋ ਲਾਈ ਹੁੰਦੀ ਹੈ। ਪੁੱਛੀਏ ਪੋਥੀ ਹੈਗੀ, ਕਹਿੰਦੇ ਉਹ ਤਾਂ ਹੈ ਨਹੀਂ। ਸਿੱਖ ਕਹੇ ਮੈਂ ਸ਼ਬਦ ਨੂੰ ਮੰਨਦਾ, ਸ਼ਬਦ ਨੂੰ ਕਿੱਥੇ ਮੰਨਦਾ, ਤੂੰ ਤਾਂ ਮੂਰਤੀ ਪੂਜਕ ਹੈ। ਬਾਬੇ ਕਬੀਰ ਦੇ ਸ਼ਬਦ ਲੈ ਕੇ ਆਏ ਗੁਰੂ ਨਾਨਕ ਸਾਹਿਬ ਖੁਦ ਕਾਂਸੀ ਬਨਾਰਸ ਤੋਂ, ਜਿਹਨਾਂ ਆਖਿਆ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏਲੇ ਜਾ ਰਹੇ ਓਏਲੇ ਗਾਡੇ ਤੇਰੀ ਗੱਤ ਦੋਂ ਨਾ ਪਾਈ। ਯਾਨੀ ਕਿ ਜੈਸੋ ਸੇਵਾ ਤੈਸੋ ਹੋਵੇ, ਜਿਹਨੂੰ ਬੰਦਾ ਪੂਜੇਗਾ ਉਹਦੇ ਵਰਗਾ ਹੋ ਜਾਏਗਾ, ਜੇ ਬੁੱਤ ਪੂਜੇਗਾ ਬੁੱਤ ਹੋ ਜਾਏਗਾ। ਸਾਨੂੰ ਸ਼ਬਦ ਦਿੱਤਾ, ਸ਼ਬਦ ਕ੍ਰਾਂਤੀਕਾਰੀ ਵਿਚਾਰ ਸਾਹਿਬ, ਮੇਰਾ ਨੀਤ ਨਵਾਂ, ਸ਼ਬਦ ਅਗਵਾਈ ਕਰਦਾ ਬੰਦੇ ਦੀ, ਬੁੱਤ ਨਹੀਂ ਅਗਵਾਈ ਕਰਦਾ। ਉਦਾਹਰਨ ਦੇਵਾਂ ਸੌਖੀ ਜੀ, ਬਾਹਰ ਤਾਂ ਛੇਤੀ ਹੁੰਦਾ, ਆਪਾਂ ਜਦੋਂ ਕਿਸੇ ਦੇ ਸ਼ਹਿਰ ਜਾਣਾ ਹੋਵੇ, ਕਿਸੇ ਦੇ ਪਿੰਡ ਜਾਣਾ ਹੋਵੇ, ਕਿਸੇ ਦੇ ਘਰ ਜਾਣਾ ਹੋਵੇ, ਉਹਨੂੰ ਕੀ ਕਹੀਦਾ? ਆਪਣਾ ਮੈਸੇਜ, ਘਰ ਦਾ ਜਿਹੜਾ ਐਡਰੈਸ ਸੈਂਡ ਕਰਦੇ ਮੈਨੂੰ, ਆਪਾਂ ਮੈਪ 'ਚੋਂ ਭਰ ਲੈਂਦੇ ਹਾਂ। ਕਦੀ ਇੱਦਾਂ ਕਿਹਾ ਵੀ ਜਿਹਦੇ ਘਰ 'ਤੇ ਨਾਂ ਦੀ ਰਜਿਸਟਰੀ ਹੈ ਭਾਪਾ ਜੀ ਦੀ ਫੋਟੋ ਭੇਜ ਦਿਓ, ਇੱਦਾਂ ਕਦੀ ਹੋਇਆ? ਉੱਥੇ ਤਾਂ ਮੈਪ ਨੇ ਵੀ ਹੱਥ ਖੜੇ ਕਰਨੇ, ਫੋਟੋਆਂ ਵਾਲੀ ਗੱਲ ਨਹੀਂ, ਨੰਬਰ ਭੇਜੋ, ਮੈਪ ਦੀਆਂ ਵੀ ਚੀਕਾਂ ਨਿਕਲ ਜਾਣੀਆਂ। ਆਪਾਂ ਦਿੱਲੀ ਜਾਣਾ ਹੋਵੇ, ਦਿੱਲੀ ਦੀ ਫੋਟੋ ਵਾਧ ਗਈ, ਇੱਥੇ ਲੈ ਜਾਓ ਸਾਨੂੰ ਮੈਪ ਖਿੱਚ ਕੇ ਉੱਧਰ ਨੂੰ, ਉੱਥੇ ਨਾਂ ਭਰਨਾ ਪੈਣਾ। ਦਿੱਲੀ ਦੱਸ ਦੂ, ਏਅਰਪੋਰਟ ਕਿੰਨਾ ਟਾਈਮ ਲੱਗੂ ਇੱਥੋਂ, ਐਨ ਦੱਸ ਦਿਓ, ਤੁਹਾਨੂੰ 5-7 ਮਿੰਟ ਦਾ ਫਰਕ ਪਊਗਾ। ਮੈਪ ਵੀ ਜਿਹੜਾ ਸ਼ਬਦ ਹੈ ਉਹਦੇ ਨਾਲ ਖਿੱਚ ਖੜਦਾ, ਫੋਟੋਆਂ ਨੂੰ ਤਾਂ ਮੈਪ ਨਹੀਂ ਮੰਨਦਾ, ਬੰਦਾ ਮੰਨੀ ਜਾਂਦਾ। ਮੱਖੀ ਵੀ ਨਹੀਂ ਪ੍ਰਭਾਵਿਤ ਹੁੰਦੀ ਫੋਟੋ 'ਤੇ, ਇੱਕ ਬੰਨੇ ਅਸਲੀ ਜਲੇਬੀ ਰੱਖੋ, ਮਠਿਆਈ ਰੱਖੋ, ਭੱਜੀ ਆਉਂਦੀ ਹੈ, ਸਕੈਚ ਪੈਂਦੇ ਨੇ, ਨਕਲੀ ਜਲੇਬੀ ਬਣਾ ਕੇ ਪਲੇਟ 'ਚ ਰੱਖ ਦਿਓ, ਮੱਖੀ ਆਉਂਦੀ, ਮੈਂ ਬੇਵਕੂਫ ਹਾਂ, 50 ਪਲੇਟਾਂ ਵਿੱਚ ਇੱਕੋ ਹੀ ਰੱਖ ਦਿਓ ਇੱਦਾਂ ਦੀ। ਮੈਂ ਕਹਿੰਦਾ 50 ਪਲੇਟਾਂ ਨਕਲੀ, ਹੁਣ ਇੱਕ ਅਸਲੀ ਰੱਖ ਦਿਓ, ਉਹ ਅਸਲੀ ਦੇਵੋ, ਭੌਰਾ ਨਹੀਂ ਬਣਦਾ ਬੇਵਕੂਫ 'ਤੇ, ਭੌਰਾ ਵੀ ਨਹੀਂ ਬਣਦਾ। ਅਸਲੀ ਫੁੱਲਾਂ ਦੇ ਵਿੱਚ ਨਕਲੀ ਫੁੱਲ ਰੱਖ ਦਿਓ, ਜਾਂ ਸਾਰੇ ਨਕਲੀ ਫੁੱਲ ਹੋਣ, ਉਹਦੇ ਵਿੱਚ ਇੱਕ ਅਸਲੀ ਫੁੱਲ ਹੋਵੇ, ਅਸਲੀ ਫੁੱਲਾਂ ਦੇ ਲਾਗੇ ਨਕਲੀ ਗੁਲਦਸਤੇ ਰੱਖੋ, ਭੌਰਾ ਖਿੱਚ ਕੇ ਉੱਥੇ ਪਹੁੰਚੂ। ਉਹ ਸਿੱਖਾ ਤੇਰੇ ਨਾਲ ਤੋਂ ਭੌਰਾ ਚੰਗਾ, ਮੱਖੀ ਚੰਗੀ, ਉਹਨੇ PhD ਕੀਤੀ ਕਿਤੇ,
ਉਹਨੇ ਕਿਤੇ ਬੜੀ ਸਟੱਡੀ ਕੀਤੀ ਹੈ, ਪਤਾ ਹੈ ਉਹਨੂੰ, ਕਾਮਨ ਸੈਂਸ ਹੈ, ਨਹੀਂ ਜਾਂਦੀ। ਬੰਦਾ ਖਿੱਚਿਆ ਗਿਆ ਕੋਈ ਕਿਸੇ ਬਾਬੇ ਦੀ, ਆਹ ਤਸਵੀਰ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕਰਕੇ ਬਣਾਈ ਸੀ, ਬਣਾਈ ਹੋਏਗੀ, ਅਸੀਂ ਨਹੀਂ ਮੰਨਦੇ। ਸਾਡਾ ਗੁਰੂ ਗੁਰਮੂਰਤ ਗੁਰ ਸ਼ਬਦ ਹੈ, ਸਾਡਾ ਗੁਰੂ ਜੋ ਲਿਖ ਕੇ ਦੇ ਗਿਆ ਅਸੀਂ ਉੱਤੇ ਪਹਿਰਾ ਦੇਣਾ ਵੀ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਉਹ ਨੇ ਜੋ ਜਪਜੀ ਸਾਹਿਬ ਦੇ ਵਿੱਚੋਂ ਅਸੀਂ ਦਰਸ਼ਨ ਕਰਦੇ ਹਾਂ। ਸਿੱਖਾ ਵਿਸ਼ਵਾਸ ਰੱਖ ਆਪਣੀ ਜ਼ਿੰਦਗੀ 'ਚ, ਪਰ ਆ ਗਿਆ ਕਰਾਂ, ਕੋਈ ਬਾਬਿਆਂ ਨੂੰ ਗਾਲ 'ਚ ਲਮਕਾਈ ਫਿਰਦਾ, ਕੋਈ ਗੱਡੀਆਂ 'ਚ ਲਮਕਾਈ ਫਿਰਦਾ, ਕੋਈ ਪਰਸ ਵਿੱਚ ਫੋਟੋ ਪਾਈ ਫਿਰਦਾ, ਸ਼ਬਦ ਨੇ, ਸ਼ਬਦ ਔਖਾ ਲੱਗਦਾ ਹੈ ਨਾ। ਇਸ ਕਰਕੇ ਆਓ ਪਿਆਰਿਓ, ਅਛਾਲ ਛਲਾਈ ਨਹਿ ਛਲੈ, ਮਾਇਆ ਨੂੰ ਕੋਈ ਨਹੀਂ ਛੱਡ ਸਕਦਾ, ਪਰ ਛੜਿਆ ਸਿੱਖਾਂ ਨੇ, ਛੜਿਆ ਚੀਥੜੇ ਉਡਾ ਦਿੱਤੇ ਨੇ, ਰੁਕਾਵਟ ਨਹੀਂ ਪੈਦਾ ਹੋਈ ਸੱਚ ਦੇ ਰਸਤੇ 'ਤੇ। ਅਛਾਲ ਛਲਾਈ ਨਹਿ ਛਲੈ, ਨਹਿ ਘਾਉ ਕਟਾਰਾ ਕਰ ਸਕੈ, ਜਿਉਂ ਸਾਹਿਬ ਰੱਖੈ ਤਿਉਂ ਰਹਿ ਇਸ ਲੋਭੀ ਕਾ ਜੀਉ ਟਲ ਪੜ। ਜਿੱਥੇ ਸੱਚ ਦਾ ਦੀਵਾ ਨਹੀਂ ਨਾ ਹੋਏਗਾ, ਜਿੱਥੇ ਸੱਚ ਦੀ ਵਿਚਾਰ ਨਹੀਂ ਹੋਏਗੀ, ਉੱਥੇ ਲੋਭੀ ਦਾ ਜਿਹੜਾ ਲਾਲਚ ਦਾ ਦੀਵਾ ਨਾ ਉਹ ਟਲ ਪੜੇ, ਬੰਦਾ ਲੜ ਖੜਾਏਗਾ। ਅੱਗੇ ਕਹਿੰਦੇ ਹਨ, ਇਤ ਤਨ ਲਾ ਗਏ ਬਾਣੀਆਂ, ਜਿਸ ਤਨ ਵਿੱਚ ਸਤਿਗੁਰ ਦੀ ਬਾਣੀ ਦਾ ਤੀਰ ਅਸਰ ਕਰ ਗਿਆ, ਅਸਰ ਕਰ ਗਿਆ। ਤੀਰ ਤੇ ਸਾਰਿਆਂ ਦੇ ਵੱਜਦੇ ਆ, ਅਣਿਆਲਾ ਤੀਰ ਵੱਜ ਕੇ ਨਿਕਲਦਾ ਨਹੀਂ, ਤੀਰ ਤੇ ਸਾਰਿਆਂ ਦੇ ਵੱਜਦੇ ਆ ਪਰ ਵੱਜਣ ਨਹੀਂ ਦਿੰਦੇ, ਇੱਦਾਂ ਹੱਥ ਪਰਾਂ ਕਰੀ ਜਾਂਦੇ ਵੀ ਮਹਾਰਾਜ ਪਰਾਂ ਪਰਾਂ ਰੱਖੋ। ਇਤ ਤਨ ਲਾਗੈ ਬਾਣੀਆਂ, ਸੁੱਖ ਹੋਵੇ ਕਦੋਂ ਸੇਵਕ ਬਾਣੀਆਂ, ਕਿਹੜੀ ਸੇਵਾ ਉਹੜੀ ਉੱਪਰ ਦੱਸੀ, ਰਾਵ ਦਾ ਬੰਧ ਨਹੀਂ ਛੱਡਣਾ, ਸੇਵਾ ਕਿਹੜੀ ਆ, ਸਤਿਗੁਰ ਦੇ ਉਪਦੇਸ਼ ਨੂੰ ਕਮਾਉਣ ਵਾਲੀ ਸੇਵਾ। ਸੁੱਖ ਹੋਵੇ ਸੇਵਕ ਬਾਣੀਆਂ, ਤੇ ਫਿਰ ਉਹਨੂੰ ਸਮਝ ਆ ਜਾਂਦੀ ਹੈ ਸਭ ਦੁਨੀਆ ਆਵਣ ਜਾਣੀਆਂ, ਉਹਨੂੰ ਸਮਝ ਆ ਜਾਂਦੀ ਆ ਵੀ ਆ ਜਿੰਨਾ ਪਿੱਛੇ ਆਪਣਾ ਜ਼ਮੀਰ ਵੇਚਦਾ ਫਿਰਦਾ ਹੈ ਤੇ ਕਈ ਆਏ ਤੇ ਕਈ ਚਲੇ ਗਏ, ਇਹ ਤੇ ਆਵਣ ਜਾਵਣ ਆ, ਜਿਹੜੀ ਆਪ ਆਉਣ ਜਾਣ ਵਾਲੀ ਮੈਨੂੰ ਸਥਿਰ ਕਿੱਦਾਂ ਕਰੇਗੀ, ਉਹਨੂੰ ਫਿਰ ਇਹ ਵਿਸ਼ਵਾਸ ਆ ਜਾਂਦਾ ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਵਿੱਚ ਰਹਿ ਕੇ ਸੇਵ ਕਮਾਉਣੀ, ਸੇਵਾ ਕਿਹੜੀ ਹੈ ਭਲਾ, ਸੇਵਾ ਹੈ ਗੁਰੂ ਦੀ ਗੱਲ ਮੰਨਣੀ। ਮੇਰੇ ਮਨ 50 ਨੰਬਰ ਅੰਕ ਸ੍ਰੀ ਰਾਗ, ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ, ਮਹਾਰਾਜ ਕਿਹੜੀ, ਕਹਿੰਦੇ ਜੋ ਦੀ ਸਹਿ ਸੋ ਵਿਣਸਣਾ ਮਨ ਕੀ ਮਤ ਤਿਆਗ। ਜਿੱਥੇ ਬਰਤਨ ਮਾਂਜਣੇ ਸੇਵਾ, ਲੰਗਰ ਬਣਾਉਣਾ ਸੇਵਾ, ਜੋੜੇ ਝਾੜਨੇ ਸੇਵਾ, ਦਰੀਆਂ, ਇਹ ਸਭ ਸੇਵਾ ਨੇ, ਮੁਨਕਰ ਨਹੀਂ ਹੋਇਆ ਜਾ ਸਕਦਾ ਇਹਨਾਂ ਸੇਵਾ 'ਤੇ, ਇਹ ਸੇਵਾ ਨੇ, ਇਹ ਨਾ ਇਹ ਆਪਾਂ ਨਹੀਂ ਕਰਾਂਗੇ ਤਾਂ ਕੌਣ ਕਰੂ, ਲੰਗਰ ਬਣਾਉਣ ਦੀ ਸੇਵਾ ਆਪਾਂ ਨਹੀਂ ਕਰਾਂਗੇ, ਇਹ ਸਾਰੀਆਂ ਸੇਵਾ ਨੇ, ਲੰਗਰ ਬਣਾਉਣਾ, ਲੰਗਰ ਵਰਤਾਉਣਾ, ਜਲ ਛਕਾਉਣਾ, ਜੋੜੇ ਜਮ੍ਹਾਂ ਕਰਨੇ, ਇਹ ਸਾਰੀਆਂ ਸੇਵਾਵਾਂ ਨੇ, ਪਰ ਮੇਨ ਸੇਵਾ 'ਤੇ ਛੱਡ ਹੀ ਬੈਠੇ, ਮਨ ਕੀ ਮਤ ਤਿਆਗ। ਬੱਚਾ ਟੀਚਰਾਂ ਨੂੰ ਚਾਹ ਵੀ ਬਣਾ ਕੇ ਦੀ ਜਾਵੇ, ਗਮਲਿਆਂ ਨੂੰ ਪਾਣੀ ਵੀ ਪਾਈ ਜਾਵੇ, ਕੁਰਸੀਆਂ ਮੇਜ਼ ਸਾਫ਼ ਵੀ ਕਰੀ ਜਾਵੇ, ਜਦੋਂ ਕਲਾਸ ਲੱਗੀ ਹੋਵੇ ਉਦੋਂ ਅੰਦਰ ਆਵੇ, ਨਾ ਪਾਸ ਹੋ ਜੂ, ਉਹ ਬੋਲੋ ਪਿਆਰਿਓ, ਕਈ ਵਾਰੀ ਅੰਦਰ ਬਹੁਤ ਵਧੀਆ ਰਾਗੀ ਕੀਰਤਨ ਪਾਠ ਕਰ ਰਹੇ ਹੁੰਦੇ ਨੇ, ਸਾਡੀਆਂ ਬਾਹਰ ਹੀ ਬਾਲਟੀਆਂ ਖੜਕੀ ਜਾਂਦੀਆਂ, ਅਸੀਂ ਬਾਹਰ ਹੀ ਤੁਰੇ ਫਿਰਦੇ ਹਾਂ। ਜੇ ਬਾਬਾ ਲੈਣਾ ਜੀ ਗੁਰੂ ਨਾਨਕ ਸਾਹਿਬ ਕੋਲੋਂ ਗਿਆਨ ਦੀ ਕਲਾਸ ਨਾ ਲਵਾਉਂਦੇ, ਕੇਵਲ ਐਸਾ ਨਹੀਂ ਵੀ ਸੇਵਾ ਨਹੀਂ ਕੀਤੀ ਅੱਗੇ ਤੁਰਦੇ, ਜੇ ਭਾਈ ਜੇਠਾ ਜੀ ਗੁਰੂ ਰਾਮ ਅਮਰਦਾਸ ਕੋਲੋਂ ਗਿਆਨ ਦੀ ਕਲਾਸ ਨਾ ਲਵਾਉਂਦੇ, ਅਕਬਰ ਦੇ ਦਰਬਾਰ ਜਾ ਕੇ ਤਸੱਲੀਆਂ ਕਿਵੇਂ ਕਰਾ ਕੇ ਆਉਂਦੇ। ਦੇਸ਼ ਦਾ ਬਾਦਸ਼ਾਹ ਹੋਵੇ ਤੇ ਉਹਦੇ ਦਰਬਾਰ 'ਚ ਵੱਡੇ ਵੱਡੇ ਕਾਜੀ ਮੌਲਵੀ ਬੈਠੇ ਹੋਣ, ਪੰਡਿਤ ਬੈਠੇ ਹੋਣ, ਤੇ ਇਧਰੋਂ ਗੁਰੂ ਅਮਰਦਾਸ ਨੇ ਭਾਈ ਜੇਠੇ ਨੂੰ ਕੱਲਿਆ ਹੋਵੇ, ਤਸੱਲੀਆਂ ਨਹੀਂ ਕਰਾ ਕੇ ਆਏ ਭਾਈ ਜੇਠਾ ਜੀ, ਮੌਲਵੀ ਕਾਜੀਆਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਿਆ। ਅਕਬਰ ਖੜਾ ਹੋਇਆ ਆਪਣੇ ਤਖ਼ਤ ਤੋਂ, ਕਹਿੰਦਾ ਭਾਈ ਜੀ ਇਹ ਪੋਥੀ ਅੱਗੇ ਤੋਂ ਕਿਸੇ ਬਾਦਸ਼ਾਹ ਦਰਬਾਰ 'ਚ ਨਹੀਂ ਲੈ ਕੇ ਆਉਣੀ, ਵੱਡੇ ਵੱਡੇ ਬਾਦਸ਼ਾਹ ਜਾ ਕੇ ਸਿਰ ਚੁਕਾਇਆ ਕਰਨਗੇ। ਇਸ ਉਹ ਸਿੱਖਾ ਗਿਆਨ ਦੀ ਕਲਾਸ ਵੀ ਲਾਇਆ ਕਰ, ਬਾਹਰਲੀਆਂ ਸੇਵਾਵਾਂ ਮੁਬਾਰਕ ਨੇ, ਜੇ ਇਹ ਕਲਾਸ ਨਾਲ ਲੱਗੀ ਤਾਂ ਸ਼ਾਇਦ ਹਉਮੈ ਦਾ ਕਾਰਨ ਬਣ ਜਾਏਗੀ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਇਹਨੇ ਤਾਂ ਸੇਵਾ ਕੀਤੀ ਨਹੀਂ, ਮੇਰੇ ਤਾਂ ਪਜਾਮੇ ਨੂੰ ਦਾਲ ਲੱਗੀ ਹੈ, ਮੈਂ ਤਾਂ ਬੜੀ ਸੇਵਾ ਕਰਦਾ, ਫਿਰ ਹੋ ਸਕਦਾ। ਮੈਂ ਨਹੀਂ ਕਹਿ ਰਿਹਾ, ਸਤਿਗੁਰ ਦੀ ਬਾਣੀ ਕਹਿੰਦੀ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ, ਇਹਨੇ ਤੈਨੂੰ ਠਾਂ ਲੈ ਕੇ ਜਾਣਾ ਸੀ, ਤੂੰ ਤੇ ਹੰਕਾਰ ਨਾ ਪੜ ਗਿਆ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹੁਣ ਸਤਿਗੁਰ ਨੇ ਕਹਿ ਦਿੱਤਾ ਵਿੱਚ ਦੁਨੀਆ ਸੇਵ ਕਮਾਈ ਹੈ, ਇੱਥੇ ਕਿਹੜੀ ਸੇਵਾ ਕਮਾਉਣੀ ਆ ਚੇਤਾ ਰੱਖਿਓ, ਸਤਿਗੁਰ ਦੀ ਸੇਵਾ ਸ਼ਬਦ ਵਿਚਾਰ ਹੈ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ, ਆ ਇਹ ਅੰਮ੍ਰਿਤ ਨਿਧਾਨ ਹੈ ਜਿਹੜਾ ਆਪਾਂ ਮਿਲ ਕੇ ਪੀ ਰਹੇ ਹਾਂ, ਇਹ ਪਰਿਵਾਰ 'ਚ ਵੀ ਪੀਤਾ ਜਾ ਸਕਦਾ ਹੈ, ਆਹ ਅੰਮ੍ਰਿਤ ਹੈ, ਇਹ ਬੱਚਿਆਂ ਨਾਲ ਬਹਿ ਕੇ ਘਰ 'ਚ ਪੀਓ, ਕੀਰਤਨ ਦੇ ਰੂਪ 'ਚ, ਪਾਠ ਦੇ ਰੂਪ 'ਚ, ਵਿਚਾਰਾਂ ਦੇ ਰੂਪ ਪੀਓ, ਕੌਣ ਮਨਾ ਕਰਦਾ, ਇਹ ਰੋਜ਼ ਹੀ ਪੀਣਾ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ,
ਜੇ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ। ਰਜਣਾ ਚਾਹੁੰਦਾ ਤੇ ਏਦਾਂ ਕਰ, ਕਰ ਸੇਵਾ ਪਾਰ ਬ੍ਰਹਮ ਗੁਰ, ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ, ਭੁੱਖ ਨੀ ਰਵੇਗੀ ਕਾਈ ਰੰਚਕ ਮਾਤਰ ਜ਼ਿੰਦਗੀ ਚ ਭੁੱਖ ਨੀ ਰਵੇਗੀ। ਕਾਹਦੀ ਭੁੱਖ? ਵਿਸ਼ਿਆਂ ਵਿਕਾਰਾਂ ਵਾਲੀ, ਲਾਲਚ ਮਰ ਜਾਏਗਾ ਅੰਦਰੋਂ। ਆਪ ਸਰੀਰ ਦੀ ਭੁੱਖ ਤੇ ਲੱਗਣੀ ਆ, ਇਹ ਤਾਂ ਸਰੀਰ ਦੀ ਲੋੜ ਹੈ, ਇਹ ਤਾਂ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਖਾ, ਆ ਦੂਜੀ ਭੁੱਖ ਮਿਟ ਜਾਏਗੀ। ਇਸ ਭੁੱਖ ਨੇ ਤਬਾਹੀ ਮਚਾਈ ਪਈ ਸਮਾਜ ਵਿੱਚ, ਕੋਈ ਰੱਜਦੇ ਹੀ ਨਹੀਂ ਬੜੀ। ਇਸ ਭੁੱਖ ਨੇ ਦੁਨੀਆਂ ਨੂੰ ਦੁੱਖਾਂ ਵਾਲੇ ਬੰਨੇ ਚਲੇਗੀ ਦੁਨੀਆ, ਸਭ ਕੁਝ ਹੋਣ ਦੇ ਬਾਵਜੂਦ ਵੀ ਭੁੱਖ ਮੁੱਕਦੀ ਨਹੀਂ, ਤ੍ਰਿਪਤ ਹੁੰਦਾ ਹੀ ਨਹੀਂ ਇਨਸਾਨ। ਸਭ ਕੁਝ ਹੋਣ ਦੇ ਬਾਵਜੂਦ ਪੁੱਛ ਕੇ ਵੇਖੋ, ਠੀਕ ਹੀ ਹੈ ਜੀ, ਆਈ ਚਲਾਈ ਹੈ ਬਸ, ਠੀਕ ਹੈ ਜੀ, ਡੰਗ ਲੰਘੀ ਜਾਂਦਾ, ਲਾਗੇ ਦੂਜਾ ਹੱਸੀ ਜਾਂਦਾ ਵੀ ਮੈਂ 4-5 ਹਜ਼ਾਰ ਤੇ ਗੁਜ਼ਾਰਾ ਕਰੀ ਜਾਣਾ, ਇਹਦਾ 70-80 ਹਜ਼ਾਰ ਦਾ ਵੀ ਨਾਲ ਡੰਗ ਹੀ ਲੱਥਣ ਡਿਆ। ਇਹ ਤਾਂ ਸੈਟਿੰਗ ਹੈ ਜਿੱਥੇ ਬੰਦਾ ਕਰ ਲਏ ਆਪਣੇ ਬ੍ਰੇਨ ਨੂੰ ਸੈੱਟ ਕਰਨਾ। ਕਈ ਵਾਰੀ ਤੁਹਾਨੂੰ ਰਿਕਸ਼ੇ ਵਾਲਾ ਜ਼ਿਆਦਾ ਹੱਸਦਾ ਨਜ਼ਰ ਆਉਂਦਾ, ਵੱਡੀ ਗੱਡੀ ਵਾਲਾ ਕਲਪਿਆ ਸੜਿਆ, ਆਪਾਂ ਕਹਿੰਦੇ ਉਹ ਕਿੰਨਾ ਸੁਖੀ ਹੈ, ਉਹਨੂੰ ਪੁੱਛ ਕੇ ਵੇਖੋ ਉਹਦੇ ਘਰੋਂ ਖਾ ਕੇ ਵੀ ਕੁਝ ਨਹੀਂ ਆਇਆ, ਸਵੇਰੇ ਉੱਠਦਿਆਂ ਸਾਰ ਲੜਾਈ ਪੈ ਗਈ। ਇਹ ਤਾਂ ਜ਼ਿੰਦਗੀ ਤੇ ਹੈ ਵੀ ਜ਼ਿੰਦਗੀ ਜੀਉ ਕਿੱਦਾਂ ਰਿਹਾ ਬੰਦਾ, ਇਹ ਤੇਰੇ ਆਪਣੀ ਸੈਟਿੰਗ ਤੇ ਵੀ ਤੂੰ ਕਿੱਦਾਂ। ਸਰੀਰ ਦੇ ਸਾਧਨ ਹੋਰ ਨੇ, ਮਨ ਨੂੰ ਸੁਖੀ ਕਰਨ ਦੇ ਸਾਧਨ ਹੋਰ ਨੇ। ਗੁਰਦੇਵ ਨੇ ਐਵੇਂ ਬਣ ਚ ਕਹਿਤਾ ਵੀ ਸੁੱਖ ਨਾ ਹੀ ਬਹੁਤ ਹੈ ਧਨ ਖੱਟ ਹੈ। ਹੁਣ ਕਈ ਵਾਰੀ ਗਰੀਬ ਨੂੰ ਲੱਗਦਾ ਮੇਰੇ ਕੋਲ ਪੈਸਾ ਨਹੀਂ ਨਾ ਤਾਂ ਦੁਖੀ ਆ ਨਾ, ਤੁਹਾਡੇ ਕੋਲ ਪੈਸੇ ਨੇ ਤਾਂ ਗੱਲਾਂ ਆਉਂਦੀਆਂ ਤਾਂ ਸੁਖੀ ਹੋ। ਕੋਈ ਨਹੀਂ, ਦੂਜਾ ਆਉਂਦਾ ਜਦੋਂ ਤੇਰੇ ਕੋਲ ਆ ਗਿਆ ਫੇਰ ਦੱਸੀ ਮੈਨੂੰ। ਜੇ ਪੈਸੇ ਨਾਲ ਸੁੱਖ ਹੁੰਦਾ ਫਿਰ ਤੇ ਅਮੀਰ ਲੋਕ ਸਾਰੇ ਸੁਖੀ ਹੋਣ। ਇਸ ਤੋਂ ਅੱਗੇ ਚਲੋ ਨ੍ਰਿਤ ਨਾਟਕ ਹੈ, ਨਾਟਕ ਚਿੱਟ। ਕਈ ਵਾਰੀ ਆਪੇ ਨੂੰ ਲੱਗਦਾ ਨਾ ਬੰਦਾ ਵੀ ਘਰ ਦੁਖੀ ਆ, ਚਲੋ ਸਰਕਸ ਵੇਖ ਆਓ, ਥੀਏਟਰ 'ਚ ਮੂਵੀ ਬੜੀ ਵਧੀਆ ਲੱਗੀ ਹੈ, ਉਹ ਤਾਂ 2-3 ਘੰਟੇ ਮੂਵੀ ਚੱਲਣੀ, ਉਨੀ ਦੇਰ ਹੱਸ ਲਓਗੇ, ਆਉਣਾ ਤਾਂ ਫਿਰ ਹੀ ਘਰ ਪੈਣਾ, ਜਿੱਥੇ ਸਦਾ ਰਹਿਣਾ ਗੱਲ ਤੇ ਫਿਰ ਉੱਥੇ ਹੀ ਹੈ। ਸੁੱਖ ਨਾ ਹੀ ਬਹੁਤ ਹੈ ਧਨ ਖੱਟ ਹੈ, ਸੁੱਖ ਨਾ ਹੀ ਪੇਖੈ ਨ੍ਰਿਤ ਨਾਟ ਹੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਤੂੰ ਕਈਆਂ ਦੇਸ਼ਾਂ ਦੇ ਉੱਤੇ ਬਾਦਸ਼ਾਹ ਬਣ ਜਾਏ ਤਾਂ ਵੀ ਸੁੱਖ ਨਹੀਂ। ਸਰਬ ਸੁੱਖਾ ਹਰ ਹਰ ਗੁਣ ਗਾਏ, ਗੁਣ ਗਾਉਣ ਦਾ ਅਰਥ ਹੈ ਇਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਲੈ ਕੇ ਆ, ਸਦੀਵ ਸੁੱਖ ਇੱਥੇ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਤਾਂ ਦਰਗਾਹ ਕਹੋ ਨਾਨਕ ਬਾਂ ਜੁਟਾਈਏ। ਬੱਚਾ ਜਦੋਂ ਰਿਜ਼ਲਟ ਆਵੇ ਬੱਚੇ ਦਾ, ਭੈਣਾਂ ਇਸ ਗੱਲ ਨੂੰ ਬੜੀ ਛੇਤੀ ਸਮਝਣਗੀਆਂ, ਜਦੋਂ ਬੱਚੇ ਦਾ ਰਿਜ਼ਲਟ ਆਵੇ ਉੱਦਾਂ ਆਣ ਕੇ ਰੋਜ਼ ਖਾਣ ਲਈ ਮੰਗਦਾ ਨਾ ਘਰ, ਅਤੇ ਜਦੋਂ ਉਹਦਾ ਰਿਜ਼ਲਟ ਆਵੇ ਅਤੇ ਡਿਵੀਜ਼ਨ ਉਹਦੀ ਸੈਕਿੰਡ ਫਸਟ ਆ ਜਾਏ ਤਾਂ ਕਿੱਦਾਂ ਉਹਦਾ ਭਲਾ, ਲੁੱਡੀਆਂ ਪਾਉਂਦਾ ਨਹੀਂ ਆਉਂਦਾ। ਜਿੱਦਣ ਜ਼ਿੰਦਗੀ ਵਿੱਚ ਤੂੰ ਇੱਥੋਂ ਖੁਸ਼ ਹੋ ਗਿਆ ਨਾ, ਫਿਰ ਤਾਂ ਚਿਹਰੇ ਦੀ ਤੇਰੀ ਮੁਸਕਰਾਹਟ ਨੇ ਦੱਸਣਾ ਵੀ ਜ਼ਿੰਦਗੀ ਦੀ ਬਾਜ਼ੀ ਜਿੱਤ ਗਿਆ। ਅਜੇ ਤਾਂ ਰੋਣਾ, ਭੱਲੇ ਮਹਾਰਾਜ ਦੀ ਬਾਣੀ ਕਹਿੰਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ। ਦਰਗਾਹ ਕਿਹੜੀ? ਇੱਥੇ ਜਦੋਂ ਦਰਗਾਹ ਸ਼ਬਦ ਦੇ ਅਰਥ ਪੜ੍ਹਨੇ ਆ ਨਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ, ਇਸ ਸ਼ਬਦ ਦੇ ਨਾਲ ਨੋੜ ਦਿੱਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਉੱਥੇ ਨੋੜ ਦੇ ਨਾਲ ਦਰਗਾਹ ਸ਼ਬਦ ਦੀ। ਦਰਗਾਹ ਦਾ ਅਰਥ ਹੈ ਉਹ ਅਵਸਥਾ ਜਦੋਂ ਮਨੁੱਖ ਦਾ ਮਨ ਸਤਿਗੁਰ ਦੇ ਉਪਦੇਸ਼ ਨੂੰ ਕਮਾਉਣ ਲੱਗ ਪਵੇ, ਉਹ ਅਵਸਥਾ ਦਾ ਨਾਂ ਦਰਗਾਹ। ਜਾਣੀ ਕਿ ਜਦੋਂ ਮੈਂ ਸੱਚ ਵਿੱਚ ਪਰਿਵਾਰ 'ਚ ਵਧੀਆ ਰਹਿਣ ਲੱਗ ਪਿਆ, ਸਮਾਜ 'ਚ ਵਧੀਆ ਰਹਿਣ ਲੱਗ ਪਿਆ, ਸਮਝ ਲਓ ਮੁੱਖ ਉਜਲੇ ਨੇ। ਜਦੋਂ ਰੱਬ ਇੱਥੇ ਰਹਿੰਦਾ ਦਰਗਾਹ ਕੋਈ ਵੱਖਰੀ ਥੋੜ੍ਹੀ ਹੋਏਗੀ, ਜਿੱਥੇ ਰਾਜਾ ਹੁੰਦਾ ਉਹਦੀ ਕਚਹਿਰੀ ਵੀ ਉੱਥੇ ਹੁੰਦੀ ਹੈ, ਜਿੱਥੇ ਮਾਲਕ ਆਪ ਹੁੰਦਾ ਦਰਬਾਰ ਵੀ ਉਹਦਾ ਉੱਥੇ। ਜੋ ਆਪਾਂ ਕਹਿੰਦੇ ਰੱਬ ਸਾਡਾ ਸਰਬ ਵਿਆਪਕ ਹੈ, ਉਹਦਾ ਦਰਬਾਰ ਵੀ ਫਿਰ ਸਰਬ ਵਿਆਪਕ ਹੀ ਹੈ, ਉਹ ਅੰਦਰ ਬੈਠਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ। ਦਰਗਾਹ ਦਾ ਅਰਥ ਕੀ ਹੈ? ਸਾਹਿਬਜ਼ਾਦੇ ਸਰੀਰ ਤੋਂ ਤਾਂ ਚਲੇ ਗਏ ਪਰ ਇਸ ਦਰਗਾਹ 'ਚ ਅੱਜ ਵੀ ਹੈਗੇ, ਸਾਡੇ ਬੱਚੇ ਜੰਮੇ ਨੇ ਉਹਨਾਂ ਮਰ ਜਾਣਾ ਚਲੇ ਜਾਣਾ, ਪਰ ਕਲਗੀਧਰ ਪਾਤਸ਼ਾਹ ਤੇਰੇ ਸਾਹਿਬਜ਼ਾਦੇ ਸਦਾ ਹੀ ਦੁਨੀਆ 'ਤੇ ਉਹਨਾਂ ਦਾ ਨਾਂ ਰਹੇਗਾ, ਕਿਉਂਕਿ ਉਹ ਦਰਗਾਹ ਬੈਸਣ, ਉਹ ਇਸ ਦਰਗਾਹ 'ਚ ਆਪਣਾ ਨਾਂ ਬਣਾ ਗਏ ਆ। ਕਿਉਂ? ਵਿੱਚ ਦੁਨੀਆ ਸੇਵ ਕਮਾਈ ਹੈ, ਕਹੋ ਨਾਨਕ ਬਾਂ ਲੁਡਾਈਏ ਲੁੱਟੀਆਂ। ਆਓ ਜੇ ਜੀਵਨ 'ਚ ਵਿਕਾਸ ਚਾਹੁੰਦੇ ਹਾਂ, ਖੇੜਾ ਚਾਹੁੰਦੇ ਹਾਂ, ਅਤੇ ਸਤਿਗੁਰ ਨੇ ਬੜਾ ਪਿਆਰਾ ਨੁਕਤਾ ਦਿੱਤਾ, ਫਿਰ ਰਹਾਓ ਦੇ ਬੰਨ 'ਤੇ ਆ ਜਾਈਏ। ਬਿਨ ਤੇਲ ਦੀਵਾ ਕਿਉਂ ਜਲੇ, ਬਸ ਸੰਖੇਪ, ਬਿਨਾਂ ਤੇਲ ਤੋਂ ਦੀਵਾ ਕਿਵੇਂ ਜਗ ਸਕਦਾ? ਤੇਲ ਕੀ ਹੈ? ਪੋਥੀ ਪੁਰਾਣ ਕਮਾਈ ਹੈ, ਭਾਉ ਵੱਟੀ ਏਤਨ ਪਾਈ ਹੈ, ਸੱਚ ਦੀ ਵਿਚਾਰ ਨੂੰ ਜ਼ਿੰਦਗੀ 'ਚ ਲੈ ਕੇ ਆਈਏ, ਉਪਦੇਸ਼ ਨੂੰ ਕਮਾਈਏ, ਤੇਲ ਹੈ, ਨਿਰਮਲ ਭਾਉ ਨੂੰ ਵੱਟੀ ਬਣਾਈਏ, ਸੱਚ ਬੁੱਝਣ, ਸੱਚ ਨਾਲ ਸਾਂਝ ਬਣਾ ਲਈਏ, ਆਣ ਜਲਾਈ ਹੈ ਇਹ ਤੇਲ ਦੀਵਾ ਇਉਂ ਜਲੈ। ਇੱਦਾਂ ਭਾਈ ਇਹ ਤੇਲ ਜਿਉਂ ਜਿਉਂ ਸੜੇਗਾ, ਜਿਉਂ ਜਿਉਂ ਰੋਸ਼ਨੀ ਹੋਏਗੀ, ਤਿਉਂ ਤੋਂ ਜ਼ਿੰਦਗੀ ਵਿੱਚ ਖੂਬਸੂਰਤੀ ਆਏਗੀ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੇ, ਮਾਲਕ ਦਾ ਮਿਲਾਪ ਹੋ ਜਾਏਗਾ। 26 ਨੰਬਰ ਅੰਕ 'ਤੇ ਇਹ ਸ਼ਬਦ ਹੈ।
श्री राग का 33 नंबर शब्दों की गिनती मुताबक गुरु नानक साहब का शब्द है। जो साढ़े घर अखंड पाठ रखाया जाता ना, मेरे ख्याल से एक घंटे के अंदर अंदर शब्द आ जाता, पर उदों तक परिवार अखंड पाठ रखाने वाला कितने होंगे जी? आपे दस्यो हूँ पांच पौड़ियां सुन के दबदा भाई साहब देग वरताओ भी, जदों तक यह शब्द आता उदों तक आप दुकान जाके खोली होंगी कमां ते पहुंचने। महाराज कहते किनू सुनाइए? महाराज के ग्रंथी नूं आंदे ने भी पाठ ते ना रखाया, तू कला पढ़ी जाना, तू तो गुरुद्वारे भी पढ़ी जाता सी। जे सच्ची महाराज अज कह ना वह बड़े सवाल कर साडे कोल सवालों के जवाब नहीं होने भी। महाराज ने कहना तू तो उत्थे भी पढ़ी जाना, पढ़ाया इन्हां पढ़ना तो इन्हां वास्ते सी, वह तो सारा परिवार चला गया। फिर जो भोग पैना फिर दादा जी कहिंदे लियाओ मैनू चौर फड़ाओ, भी जे परसों दे असीं करी जाने अज नहीं हुंदा साडे कोलों। पर औखा है प्यारे हो, यह गल्लां बड़ियां औखियां जिहड़ियां हजम करनियां, पर सच्चाई करदे आं असीं बड़ा कुछ करदे आं। फिर ऐ पा के ऐ हजूरिया गल च पा के फिर बहुत लंबिया लंबिया अरदासां, महाराज बड़े गुरमुख प्यारे है। जे कि मेरे वर्गे प्रचार नूं बुला लिया मैं कहना महाराज परसों का बड़ा मीह पिया बाणी का वर्खा बड़ी हुई, पर यह परिवार नहीं नहाता, इन्होंने बुलट प्रूफ जैकटा पाई हुई सी, वाटर प्रूफ जैकटा पाई हुई सी, पानी अंदर गया ही नहीं, गुरमत की गल जान ही नहीं दी। नारियल राही बाणी सुनते हैं, नारियल रखते हैं, कहते जी क्यों रखना? कहते बाणी वर जाती है, नारियल च बाणी वाड़ के फेर खानी आ। सीधी कन्ना नाल सुन लो भाई, कुंभ नाल रखते हैं, कहते जी घड़े च बाणी जाती है, फेर बाणी अंदर जान देनी, सीधी बाणी जाओ अंदर, आप सुनो विचारो। आओ प्यारे हो बेनती आ, इस समय रोज नहीं बनते, काले ना पियो, इदा टका दे नाल बैठे रहो, क्योंकि रोज समय इदा दे नहीं बनते। जिन्हों का कोई सवाल है इतने भाई साहब लिख के पहुँचा दौ, कुछ समा आप विचार चर्चा करा। सतगुरु की बाणी ने बड़ी प्यारी गल सू जी कही है, वो विचारन का यतन करना आप उपदेश लीए, गुरु की मत जीवन च लैके आईए। इतों की समुची प्रबंधक कमेटी सारिया संगत जिन्होंने भी लंगर सेवावान कीतियां जोड़िया दिया समागम नेपरे चढ़ाने तन मन धन के सहयोग बख्शिश किया, मालक चढ़ती कला बख्शिश करे। आप बाणी पढ़िए, सहज पाठ करिए, बाहर लिटरेचर है जान लग्या कोई ना कोई किताब जरूर लैके जाओ, ता कि सानू पढ़न का शौक पैदा हो। गुरमत ज्ञान मिशन कॉलेज वालों सारी संगत का तह दिलों धन्यवाद है, जिन्होंने बड़े ही मेहनत के नाल लगन के नाल रजेविया भरी जिंदगी चो समा कढ़ा है। भावें संगत सवाया सी थोड़ी सी, पर लाइव चलन करके सानू पता हजारों लखां तक सतगुरु का उपदेश विचार जिहड़ी है बाद विच भी जानी है, हुण भी जा रही है। आओ भाई बाणी खुद पढ़ो, खुद विचारो। बेनती करांगा भाई साहब हुणां नूं वह अगली सेवा जिहड़ी है नभाउण, ते जिहड़े भी किसी का कोई सवाल है आप जी लिखती रूप च इत्थे पहुँचा दो। फतेह बुलाओ, गज के आखो जी वाहिगुरू जी का खालसा वाहिगुरू जी की फतेह।